ਇੱਕ ਹੋਰ ਖਾਸ ਰਿਪੋਰਟ ਲੈ ਕੇ ਹਾਜ਼ਰ ਹਾਂ ਚੈਨਲ ਰਿਤੇਸ਼ ਲਖੀ ਅਨਪਲੱਗ ਦੇ ਵਿੱਚ ਤੇ ਅੱਜ ਮੈਂ ਗੱਲ ਕਰਾਂਗਾ ਪੰਜਾਬ ਦੇ ਸਭ ਤੋਂ ਅਹਿਮ ਕੇਸ ਬਾਰੇ ਪੰਜਾਬ ਦਾ ਉਹ ਕੇਸ ਜਿਸ ਤੇ ਕੀ ਪੰਜਾਬ ਦੀ ਸਿਆਸਤ ਦੇ ਵਿੱਚ ਪੀਤੇ ਲਗਭਗ 6 ਸਾਲਾਂ ਤੋਂ ਇੱਕ ਬਹੁਤ ਵੱਡਾ ਪੁਚਾਲ ਲਿਆਦਾ ਹੋਇਆ ਹੈ ਲੇਕਿਨ ਇਸ ਕੇਸ ਉੱਤੇ ਜਿੰਨੀ ਸਿਆਸਤ ਹੋਈ ਹੈ ਉਹਨਾਂ ਕੰਮ ਇਸ ਕੇਸ ਉੱਤੇ ਸਰਕਾਰਾਂ ਨੇ ਤੇ ਪੁਲਿਸ ਨੇ ਨਹੀਂ ਕੀਤਾ ਹੈ ਮੈਂ ਗੱਲ ਬੇਦਬੀ ਦੇ ਮਾਮਲੇ ਦੀ ਕਰ ਰਿਹਾ ਤੇ ਬੇਦਬੀ ਦੇ ਮਾਮਲਿਆਂ ਨੂੰ ਮੈਂ ਅੱਜ ਇੱਕ ਬਹੁਤ ਹੀ ਵੱਖਰੇ ਨਜ਼ਰੀਏ ਤੋਂ ਲੈਂਦੀ ਕੋਸ਼ਿਸ਼ ਕਰਾਂਗਾ ਤੇ ਅੱਜ ਦੀ ਮੇਰੀ ਇਸ ਰਿਪੋਰਟ ਦਾ ਸਬਬ ਜਿਹੜਾ ਹੈ ਉਹ ਬੇਦਬੀ ਮਾਮਲਿਆਂ ਦੇ ਮੁੱਖ ਮੁਲਜ਼ਮ ਜਿਹੜਾ ਸੀ ਮੋਹਿੰਦਰਪਾਲ ਬਿੱਟੂ ਉਸ ਦਾ ਕਤਲ ਉਸ ਦੀ ਹੱਤਿਆ ਹੈ ਉਹ ਹੱਤਿਆ ਜੋ ਕਿ 22 ਜੂਨ 2019 ਨੂੰ ਨਾਭਾ ਦੀ ਨਿਊ ਨਾਭਾ ਮਾਡਰਨ ਜੇਲ੍ਹ ਜਿਸ ਨੂੰ ਕਿਹਾ ਜਾਂਦਾ ਹੈ ਉਸ ਵਿੱਚ ਕੀਤੀ ਗਈ ਮੰਨਿਆ ਗਿਆ ਹੈ ਕਿ ਮੋਹਿੰਦਰਪਾਲ ਬਿੱਟੂ ਨੂੰ ਮਾਰਨ ਦੇ ਵਿੱਚ ਪੰਜ ਲੋਕਾਂ ਦਾ ਹਾਦਸੀ ਜਿਨ੍ਹਾਂ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਚਲਾਨ ਤੇ ਚਾਰ ਸੀਟਾਂ ਅਦਾਲਤਾਂ ਵਿੱਚ ਪੇਸ਼ ਕਰਤੀਆਂ ਗਈਆਂ ਨੇ ਲੇਕਿਨ ਇਹ ਸਮਝਣਾ ਜ਼ਰੂਰੀ ਹੈ ਵੀ ਮਹਿੰਦਰਪਾਲ ਬਿੱਟੂ ਕੌਣ ਸੀ ਕਿੰਨਾ ਅਹਿਮ ਸੀ ਤੇ ਕਿੰਨਾ ਕ੍ਰਿਟੀਕਲ ਇਸ ਦਾ ਰੋਲ ਸੀ ਇਸ ਦੀ ਮੌਤ ਦੇ ਨਾਲ ਕਿਸ ਨੂੰ ਫਾਇਦਾ ਤੇ ਕਿਸ ਨੂੰ ਨੁਕਸਾਨ ਹੋਣਾ ਸੀ ਤੇ ਕੀ ਮਹਿੰਦਰਪਾਲ ਬਿੱਟੂ ਦੀ ਮੌਤ ਦੇ ਨਾਲ ਉਹ ਅਹਿਮ ਕੜੀ ਟੁੱਟ ਗਈ ਜੋ ਬੇਅਦਬੀ ਦੇ ਮਾਮਲਿਆਂ ਨੂੰ ਬਹੁਤ ਵੱਡੇ ਵੱਡੇ ਸਰਗਰਾਵਾਂ ਦੇ ਨਾਲ ਜੋੜ ਸਕਦੀ ਸੀ ਇਸ ਲਈ ਬਹੁਤ ਜ਼ਰੂਰੀ ਹੈ ਕਿ ਮਹਿੰਦਰਪਾਲ ਸਿੰਘ ਬਿੱਟੂ ਦੇ ਪਿਸ਼ੌਕੜ ਦੇ ਵਿੱਚ ਜਾ ਕੇ ਇਹ ਸਮਝਾ ਜਾਵੇ ਵੀ ਆਖਰ ਉਹ ਕੌਣ ਸੀ ਕੀ ਉਹਦਾ ਕਿਰਦਾਰ ਸੀ ਤੇ ਡੇਰੇ ਸੱਚੇ ਸੌਦੇ ਦੇ ਨਾਲ ਕਿੰਨੀਕ ਨੇੜਤਾ ਦੇ ਨਾਲ ਉਹ ਸ਼ਖਸ ਜੁੜਿਆ ਹੋਇਆ ਸੀ ਕਿਉਂਕਿ ਉਸ ਨੂੰ ਇਸ ਪੂਰੇ ਬੇਅਦਬੀ ਦੀ ਘਟਨਾ ਜੋ ਕਿ ਬੁਰਜਵਾਰ ਸਿੰਘ ਵਾਲਾ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੁੱਕਣ ਤੋਂ ਲੈ ਕੇ ਬਰਗਾੜੀ ਦੇ ਵਿੱਚ ਉਹਨਾਂ ਦੇ ਅੰਗ ਖਿਲਾਰੇ ਜਾਣ ਦੀ ਲਗਭਗ 3.5 ਮਹੀਨੇ ਦਾ ਘਟਨਾਕ੍ਰਮ ਹੈ ਉਸ ਦਾ ਮੁੱਖ ਸਰਗਨਾ ਮੰਨਿਆ ਗਿਆ ਮੋਹਿੰਦਰਪਾਲ ਬਿੱਟੂ ਤੋਂ ਉੱਤੇ ਵੀ ਬਹੁਤ ਸੇ ਲੋਕ ਸਨ ਜੋ ਕਿ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਏ ਲੇਕਿਨ ਜਿਹੜੇ ਚਲਾਨ ਜਿਹੜੇ ਚਾਰ ਸ਼ੀਟਾਂ ਦੀ ਸ਼ਕਲ ਵਿੱਚ ਇਲਜ਼ਾਮ ਪੰਜਾਬ ਪੁਲਿਸ ਦੀ ਸਿਟ ਨੇ ਰਣਵੀਰ ਖਟੜਾਹੋਂਾਂ ਦੀ ਸਿੱਟ ਨੇ ਜਿਸ ਨੂੰ ਕਿ ਹੁਣ ਐਸਪੀਐਸ ਬਰਮਾਰ ਹੋਂਾਂ ਦੀ ਸਿੱਟ ਫਾਲੋ ਕਰ ਰਹੀ ਹੈ ਫਰੀਦਕੋਟ ਦੀ ਅਦਾਲਤਾਂ 'ਚ ਚਲਾਨ ਪਹੁੰਚ ਚੁੱਕੇ ਨੇ ਤੇ ਇਹਨਾਂ ਕੇਸਾਂ ਨੂੰ ਵਾਪਸ ਲੈਣ ਲਈ ਸੀਬੀਏ ਤੋਂ ਬਹੁਤ ਜ਼ੋਰ ਲਗਾਣਾ ਪਿਆ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਕਾਨੂੰਨੀ ਪੱਖ ਨੂੰ ਉਸ ਮਾਮਲੇ ਦੇ ਇਸ ਮੁੱਖ આરોપી ਦੀ ਮੌਤ ਐਡੇ ਸੌਖੇ ਤਰੀਕੇ ਨਾਲ ਲਾਭਾਂ ਦੀ ਜੇਲ੍ਹ ਵਿੱਚ ਹੋ ਜਾਂਦੀ ਹੈ ਤਾਂ ਕੀ ਇਸ ਪੂਰੇ ਮਾਮਲੇ ਦੇ ਨਾਲ ਕਿਸ ਨੂੰ ਫਾਇਦਾ ਇਸ ਦਾ ਪਹੁੰਚਦਾ ਸੀ ਸੁਣਿਆ ਸਮਝਿਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਖਬਰਾਂ ਦੇ ਮੁਤਾਬਕ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਪਰੀਤ ਬੁੱਢਾ ਜੋ ਕਿ ਸਰਗਨਾ ਸੀ ਉਸ ਗਰੁੱਪ ਦਾ ਜਿਸ ਨੂੰ ਕੀ ਆਰਮੀਨੀਆ ਤੋਂ ਐਕਸਟਰੈਡਾਈਟ ਭਾਰਤ ਨੇ ਕੀਤਾ ਸਾਲ 2019 ਤੇ 2020 ਦੇ ਦੌਰਾਨ ਉਸ ਦਾ ਵੀ ਹੱਥ ਸੀ ਕਿਉਂਕਿ ਉਸ ਨੇ ਆਪਣੇ ਸੋਸ਼ਲ ਮੀਡੀਆ ਉਤੇ ਮਹਿੰਦਰਪਾਲ ਬਿੱਟੂ ਦੀ ਮੌਤ ਤੇ ਉਸਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਉਸ ਨੇ ਇਹ ਕਿਹਾ ਸੀ ਵੀ ਜਿਹੜੇ ਦੋ ਸਿੰਘ, ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਹੈਗੇ ਨੇ ਉਹ ਉਸ ਦੀ ਜਥੇਬੰਦੀ ਨਾਲ ਜੁੜੇ ਹੋਏ ਨੇ ਆਖਿਰ ਕੀ ਲੋੜ ਸੀ ਜਾਂ ਕੀ ਐਸੀ ਨੌਬਤ ਆਈ ਸੀ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਜਾਂ ਮੁਲਜ਼ਮ ਮੰਨੇ ਜਾਂਦੇ ਸਨ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਤਲ ਕਰਤਾ ਗਿਆ ਤੇ ਕਤਲ ਕਰਨ ਲਈ ਵੀ ਗੈਂਗਸਟਰਾਂ ਵੱਲੋਂ ਸੁਪਾਰੀ ਦਿੱਤੀ ਗਈ ਜਾਂ ਇੱਕ ਕੰਟਰੈਕਟ ਕਿਲਿੰਗ ਕੀਤੀ ਗਈ ਜਾਂ ਫਿਰ ਕਹਿ ਸਕਦੇ ਕਿ ਗੈਂਗਸਟਰ ਹੀ ਐਨੇ ਪ੍ਰਭਾਵਿਤ ਹੋ ਚੁੱਕੇ ਸੀ ਜਾਂ ਐਨੇ ਆਹਤ ਸੀ ਬੇਅਦਬੀ ਦੇ ਮਾਮਲਿਆਂ ਤੋਂ ਕਿ ਉਹਨਾਂ ਨੇ ਆਪਣੇ ਗੁਰਗੇ ਨਾਬੇ ਜੇਲ੍ਹ ਦੇ ਵਿੱਚ ਪਲਾਂਟ ਕਰ ਰੱਖੇ ਸਨ ਤੇ ਉੱਥੇ ਉਹਨਾਂ ਨੇ ਇਹ ਕਤਲ ਕਰਵਾਇਆ ਹਰ ਇਹ ਗੱਲਾਂ ਬਾਤਾਂ ਨੂੰ ਅੱਗੇ ਡਿਸਕਸ ਕਰਾਂਗੇ ਕਿਉਂਕਿ ਇੱਕ ਐਸਆਈਟੀ ਵੀ ਇਸ ਮਾਮਲੇ ਦੇ ਵਿੱਚ ਬਣੀ ਸੀ ਜਿਸ ਦੀ ਰਿਪੋਰਟ ਅੱਜ ਹਵਾ ਦੇ ਵਿੱਚ ਹੈ ਕਿਹਦੇ ਕੋਲ ਹੈ ਇਹ ਪਤਾ ਨਹੀਂ ਆਉਣ ਵਾਲੇ ਵੀਡੀਓ ਦੇ ਹਿੱਸੇ ਦੇ ਵਿੱਚ ਮੈਂ ਇਸ ਚੀਜ਼ ਨੂੰ ਸਪਸ਼ਟ ਕਰਾਂਗਾ ਇਸ ਚੀਜ਼ ਉੱਤੇ ਹੋਰ ਚਾਨਣਾ ਪਾਵਾਂਗਾ ਲੇਕਿਨ ਵਾਪਸ ਮਹਿੰਦਰਪਾਲ ਸਿੰਘ ਬਿੱਟੂ ਹੋਣਾ ਤੇ ਚੱਲਦੇ ਆ ਮਹਿੰਦਰਪਾਲ ਬਿੱਟੂ ਉਹ ਸ਼ਖਸ ਜੋ ਕਿ ਕੋਟਕਪੂਰਾ ਦਾ ਰਹਿਣ ਵਾਲਾ ਸੀ ਇਸ ਦੀ ਉਮਰ ਤਕਰੀਬਨ 50 ਸਾਲ 50 ਸਾਲ ਤੋਂ ਵੀ ਕਾਠੀ ਮੰਨੀ ਜਾਂਦੀ ਹੈ ਤੇ 2015 ਦੇ ਵਿੱਚ ਜਦੋਂ ਬੇਅਦਬੀ ਬਰਗਾੜੀ ਦਾ ਕਾਂਡ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਜੂਨ ਦੇ ਵਿੱਚ ਬੁਰਜਵਾਰ ਸਿੰਘ ਵਾਲਾ ਤੋਂ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੀੜ ਨੂੰ ਚੁੱਕਿਆ ਜਾਂਦਾ ਹੈ ਉਸ ਤੋਂ ਬਾਅਦ ਇਹ ਆਦਮੀ ਪਿਕਚਰ ਦੇ ਵਿੱਚ ਸੌਖੇ ਤਰੀਕੇ ਨਾਲ ਨਹੀਂ ਆਂਦਾ ਪਹਿਲੀ ਵਾਰ ਮਹਿੰਦਰਪਾਲ ਸਿੰਘ ਬਿੱਟੂ ਤੇ ਇਸ ਦੇ ਨਾਲ ਤਕਰੀਬਨ ਅੱਧਾ ਦਰਜਨ ਤੋਂ ਵੱਧ ਜਿਹੜੇ ਮਲਜ਼ਮਸਮ ਉਹਨਾਂ ਦੀ ਭੂਮਿਕਾਵਾਂ 2018 ਦੇ ਵਿੱਚ ਜੂਨ 2018 ਦੇ ਵਿੱਚ ਪਹਿਲੀ ਵਾਰ ਉੱਭਰਦੀਆਂ ਨੇ ਜਦੋਂ ਖਟੜਾ ਹੋਂਦਾਂ ਦੀ ਸਿਟ ਇਹ ਸਾਰੇ ਲੋਕਾਂ ਨੂੰ ਨਾਮਜ਼ਦ ਕਰਦੀ ਹੈ ਇਸ ਕੇਸ ਦੇ ਵਿੱਚ ਹਾਲਾਂਕਿ ਕੇਸ सीबीआई ਕੋਲ ਉਸ ਵਕਤ ਹੁੰਦੇ ਨੇ ਲੇਕਿਨ ਮੋਕਾ ਦੇ ਇੱਕ 2010 ਤੇ 2011 ਦੇ ਸਾੜਫੂਕ ਦੇ ਕੇਸ ਦੇ ਵਿੱਚ ਇਹ ਸਾਰੇ ਜਿਹੜੇ ਅਕਿਊਜ਼ ਨੇ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਜਾ ਰਹੀ ਹੁੰਦੀ ਹੈ ਉਹਨਾਂ ਨੂੰ ਐਸਆਈਟੀ ਨੇ ਚੁੱਕਿਆ ਹੋਇਆ ਹੁੰਦਾ ਸੋ ਮਹਿੰਦਰਪਾਲ ਬਿੱਟੂ ਦੀ ਉਸ ਵਕਤ ਜਿਹੜੀ ਇੰਟਰੋਗੇਸ਼ਨ ਹੋਈ ਹੁੰਦੀ ਹੈ ਉਸ ਤੋਂ ਪੁੱਛਗਿੱਛ ਹੋਈ ਹੁੰਦੀ ਹੈ ਉਸ ਵਿੱਚ ਇਹ ਖੁਲਾਸਾ ਹੁੰਦਾ ਵੀ ਮਹਿੰਦਰਪਾਲ ਬਿੱਟੂ ਨੇ ਉਹ ਸਾਰੇ ਲੋਕਾਂ ਦੇ ਨਾਲ ਜਿਸ ਵਿੱਚ ਕੀ ਸੁਖਵਿੰਦਰ ਸੰਨੀ ਉਸ ਤੋਂ ਇਲਾਵਾ ਰஞ்சிਤ ਨੀਲਾ ਇਹ ਸਾਰੇ ਲੋਕਾਂ ਦੇ ਨਾਲ ਮਿਲ ਕੇ तकरीबन ਅੱਧਾ ਦਰਜਨ ਹੋਰ ਅਕਿਊਜ਼ ਨੇ ਕਿਸ ਤਰੀਕੇ ਨਾਲ ਇੱਕ ਸਾਜ਼ਿਸ਼ ਦੇ ਤਹਿਤ ਐਸਡੀ ਗੁਰਗਨ ਸਾਹਿਬ ਜੀ ਨੂੰ ਬੁਰਜਵਾਰ ਸਿੰਘ ਵਾਲਾਂ ਤੋਂ ਚੱਕ ਕੇ ਪਰ ਗਾੜੀ ਦੇ ਵਿੱਚ ਉਹਨਾਂ ਨੇ ਅੰਖ ਲਾਰਨ ਦੀ ਪੂਰੇ ਘਟਨਾਕਰਮ ਨੂੰ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਵਾਰਦਾਤ ਵਾਸਟ ਰੈਚਡ ਓਵਰ ਫਿਊ ਮਨਸ ਕਈ ਮਹੀਨਿਆਂ ਤੱਕ ਇਹ ਪੂਰੀ ਘਟਨਾਕਰਮ ਚੱਲਦਾ ਰਿਹਾ ਲੇਕਿਨ ਮਹਿੰਦਰਪਾਲ ਬਿੱਟੂ ਕੋਟ ਕਪੂਰੇ ਦਾ ਇੱਕ ਰਸੂਕਦਾਰ ਬਿਜ਼ਨਸਮੈਨ ਸੀ ਇੱਕ ਬੇਕਰੀ ਚਲਾਉਂਦਾ ਸੀ ਇਲਜ਼ਾਮ ਇਹ ਵੀ ਲੱਗੇ ਵੀ ਉਸੇ ਬੇਕਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਜਿਲਦਾਂ ਸਨ ਸਬੀੜ ਦੀਆਂ ਪਵਿੱਤਰ ਬੀੜ ਦੀਆਂ ਜਿਲਦਾਂ ਉਹਨਾਂ ਨੂੰ ਡੀਜ਼ਲ ਪਾ ਕੇ ਤੇਲ ਪਾ ਕੇ ਇਹਦੀ ਬੇਕਰੀ ਤੇ ਹੀ ਡਿਸਟਰੋਏ ਕੀਤਾ ਇਹ ਚੀਜ਼ ਚਲਾਨ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਜੋ ਸਿਟ ਨੇ ਭੇਜੀ ਹੈ ਲੇਕਿਨ ਮਹਿੰਦਰਪਾਲ ਬਿੱਟੂ ਦਾ ਕਿਰਦਾਰ ਸਮਝਣ ਲਈ ਸਮਝਣਾ ਪੈਣਾ ਵੀ ਕੋਰਟ ਕਪੂਰੇ ਦੇ ਵਿੱਚ ਉਸਦਾ ਕਾਫੀ ਰਸੂਖ ਸੀ ਕਾਫੀ ਪ੍ਰਭਾਵ ਸੀ ਆਮ ਲੋਕ ਜੋ ਕਿ ਡੇਰੇ ਦੇ ਸਮਰਥਕ ਸਨ ਜਾਂ ਡੇਰੇ ਦੇ ਫਾਲੋਅਰਸ ਸਨ ਉਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਸੇ ਲੋਕ ਮਨਤਰਪਾਲ ਬਿੱਟੂ ਤੋਂ ਆਪਣੇ ਕੰਮ ਕਰਾਂਦੇ ਸਨ ਉਸ ਦੀ ਐਡਮਿਨਿਸਟ੍ਰੇਸ਼ਨ ਵਿੱਚ ਖੂਬ ਚੱਲਦੀ ਸੀ ਸਤਾਨਕ ਪੱਧਰ ਤੇ ਉਸ ਦਾ ਇੱਕ ਖੂਬ ਰਤਬਾ ਸੀ ਦਬਦਬਾ ਸੀ ਛੋਟੇ-ਮੋਟੇ ਕੰਮਾਂ ਲਈ ਲੋਕਾਂ ਲਈ ਕਰਵਾਣਾ ਉਸ ਦਾ ਆਮ ਕੰਮ ਹੁੰਦਾ ਸੀਗਾ ਤੇ ਇਹ ਮੰਨਿਆ ਜਾਂਦਾ ਸੀ ਵੀ ਜਦੋਂ ਡੇਰੇ ਸੱਚੇ ਸੌਦੇ ਦੇ ਜਿਹੜਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਕਈ ਫਿਲਮਾਂ ਜਦੋਂ ਰਿਲੀਜ਼ ਹੁੰਦੀਆਂ ਸਨ ਤਾਂ ਇੱਕ ਛੋਟਾ ਜਿਹਾ ਥੀਏਟਰ ਜੋ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਐਸੇ ਮਲਟੀਪਲੈਕਸ ਥੀਏਟਰ ਸਨ ਜਿਨ੍ਹਾਂ ਵਿੱਚੋਂ ਇੱਕ ਥੀਏਟਰ ਕੋਟਕਪੂਰਾ ਦੇ ਵਿੱਚ ਡਿਵੈਲਪ ਕੀਤਾ ਗਿਆ ਸੀ ਉਹ ਵੀ ਭਵਿੰਦਰਪਾਲ ਬਿੱਟੂ ਦੀ ਦੇਖਰੇਖ ਦੇ ਵਿੱਚ ਹੀ ਬਣਿਆ ਸੀ ਡੇਰੇ ਸੱਚੇ ਸੌਦੇ ਦੀ ਕਾਫੀ ਪ੍ਰਭਾਵਸ਼ਾਲੀ ਮੰਨੀ ਜਾਂਦੀ 45 ਮੈਂਬਰੀ ਕਮੇਟੀ ਸੀ ਮੋਹਿੰਦਰਪਾਲ ਬਿੱਟੂ ਉਸ ਦਾ ਵੀ ਇੱਕ ਮੈਂਬਰ ਸੀ ਇਸ ਕਮੇਟੀ ਦਾ ਮੈਂਬਰ ਹੋਣ ਦਾ ਮਤਲਬ ਸੀ ਕਿ ਸਿਰਫ ਕੋਟਕਪੂਰਾ ਤੇ ਫਰੀਦਕੋਟ ਦੇ ਇਲਾਕੇ ਤੱਕ ਹੀ ਨਹੀਂ ਬਲਕਿ ਮੋਹਿੰਦਰਪਾਲ ਬਿੱਟੂ ਦੀ ਜਿਹੜੀ ਇਨਫਲੂਐਂਸੀ ਉਹਦਾ ਜਿਹੜਾ ਦਬਦਬਾ ਸੀ ਉਹ ਪੰਜਾਬ ਪੱਧਰ ਦਾ ਸੀ ਕਿਉਂਕਿ ਪੰਜਾਬ ਦੇ ਵਿੱਚ ਡੇਰੇ ਸੱਚੇ ਸੌਦੇ ਦੇ ਇੱਕ ਅਹਿਮ ਲੀਡਰ ਤੇ ਕਾਰਕੂਨ ਦੇ ਰੂਪ ਵਿੱਚ ਮੋਹਿੰਦਰਪਾਲ ਬਿੱਟੂ ਦੀ ਇਹਨ ਭੂਮਿਕਾ ਸੀ ਸੋ ਡੇਰੇ ਦੇ ਨਾਮ ਚਰਚਾਕਾਰ ਅਤੇ ਸਤਸੰਗ ਵਗੈਰਾ ਦੇ ਵਿੱਚ ਸਥਾਨਕ ਪੱਧਰ ਉੱਤੇ ਬਹੁਤ ਐਕਟਿਵ ਹੋਣ ਦੇ ਕਾਰਨ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਤੇ ਰਸੂਕ ਵੀ ਸੀ ਇੱਥੇ ਵੀ ਯਾਦ ਕਰਨ ਯੋਗ ਹੈ ਕਿ ਜਦੋਂ ਬੇਅਦਬੀ ਦੀ ਘਟਨਾਵਾਂ 2015 ਦੇ ਵਿੱਚ ਹੁੰਦੀਆਂ ਨੇ ਜੂਨ ਤੋਂ ਅਕਤੂਬਰ 2015 ਉਸ ਤੋਂ ਬਾਅਦ ਬਹੁਤ ਹੋ ਖੁੱਲਾ ਮਚਦਾ ਹੈ ਮਾਮਲੇ ਨੂੰ ਸੀਬੀਆਈ ਨੂੰ ਸੌਂਪਤਾ ਜਾਂਦਾ ਪੜਤਾਲ ਇਹਦੀ ਸੀਬੀਆਈ ਨੂੰ ਦਿੱਤੀ ਜਾਂਦੀ ਹੈ ਲੋਕਲ ਲੈਵਲ ਤੇ ਵੀ ਪੰਜਾਬ ਪੁਲਿਸ ਇਸ ਦੀ ਪੜਤਾਲ ਕਰਦੀ ਹੈ 2016 ਦੇ ਵਿੱਚ ਜੂਨ 2016 13 ਜੂਨ 2016 ਨੂੰ ਇੱਕ ਗੁਰਦੇਵ ਸਿੰਘ ਨਾਂ ਦਾ ਡੇਰਾ ਪ੍ਰੇਮੀ ਹੈ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰਤਾ ਜਾਂਦਾ ਉਸ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਤੇ ਕੁਝ ਮਹੀਨੇ ਤੇ ਕੁਝ ਸਾਲ ਬੀਤਣ ਤੋਂ ਬਾਅਦ ਦੋ ਜਿਹੜੇ ਮੇਨ ਅਕਿਊਜ਼ਡ ਹੁੰਦੇ ਨੇ ਇਸ ਕਤਲकांड ਦੇ ਵਿੱਚ ਗੁਰਪ੍ਰੀਤ ਗੋਗੀ ਅਤੇ ਅਵਤਾਰ ਸਿੰਘ ਏਲੀਅਸ ਉਰਫ ਪੰਮਾ ਇਹ ਦੋ ਖੜਕੂ ਦੱਸੇ ਜਾਂਦੇ ਨੇ ਇਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਗੁਰਦੇਵ ਸਿੰਘ 31 ਸਾਲਾਂ ਦਾ ਉਹ ਸ਼ਖਸ ਹੁੰਦਾ ਹੈ ਜੋ ਕਿ ਡੇਰਾ ਪ੍ਰੇਮੀ ਸੀ ਡੇਰੇ ਸੱਚੇ ਸੌਦੇ ਦਾ ਅਨੁਯਾਈ ਸੀ ਤੇ ਉਸ ਦੀ ਦੁਕਾਨ ਗੁਰਦੁਆਰਾ ਬੁਰਜਵਾਰ ਸਿੰਘ ਵਾਲਾ ਸਾਹਬ ਦੇ ਬਿਲਕੁਲ ਬਾਹਰ ਸੀ ਗੁਰਦੇਵ ਸਿੰਘ ਦਾ ਹੱਥ ਸਮਝਿਆ ਜਾ ਰਿਹਾ ਸੀ ਸ਼ੁਰੂਆਤੀ ਪੜਾ ਦੇ ਵੀ ਜਿਹੜੀ ਪਰਤਾਲ ਹੁੰਦੀ ਹੈ ਉਸ ਦੇ ਵਿੱਚ ਇਹ ਨਿਸ਼ਾਨਦੇਹੀ ਹੁੰਦੀ ਹੈ ਵੀ ਗੁਰਦੇਵ ਸਿੰਘ ਦੀ ਕਿਉਂਕਿ ਦੁਕਾਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸੀ ਤੇ ਉੱਥੋਂ ਹੀ ਇੱਕ ਬੀਡ ਪਵਿੱਤਰ ਬੀਡ ਜਿਹੜੀ ਹੈ ਉਸ ਨੂੰ ਚੋਰੀ ਕੀਤਾ ਗਿਆ ਜਾਂ ਉਸ ਦੀ ਬੇਦਵੀ ਕੀਤੀ ਗਈ ਗੁਰਦੇਵ ਸਿੰਘ ਦੀ ਭੂਮਿਕਾ ਦੇ ਉੱਤੇ ਪੁਲਿਸ ਦਾ ਜਿਹੜਾ ਸ਼ੱਕ ਹੈ ਉਹ ਐਡਾ ਸਖਤ ਨਹੀਂ ਹੁੰਦਾ ਲੇਕਿਨ ਬਹੁਤ ਸੀ ਐਸੀ ਜਥੇਬੰਦੀਆਂ ਜਾਂ ਜਿਹੜੀਆਂ ਸਿੱਖ ਪੰਥਕ ਜਥੇਬੰਦੀਆਂ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਸ਼ੱਕ ਵੀ ਹੁੰਦਾ ਤੇ ਸਥਾਨਕ ਪੱਧਰ ਤੇ ਗੱਲਬਾਤ ਵੀ ਹੁੰਦੀ ਹੈ ਵੀ ਗੁਰਦੇਵ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਕਰਨ ਦੇ ਵਿੱਚ ਇੱਕ ਮੁਖਬਰੀ ਦੀ ਜਾਂ ਫਿਰ ਇੱਕ ਸੂਚਨਾ ਦੇਣ ਲਈ ਜਿਹੜੇ ਲੋਕਾਂ ਨੇ ਕੰਮ ਕੀਤਾ ਉਸ ਦੇ ਵਿੱਚ ਭੂਮਿਕਾ ਨਿਭਾਈ ਹੋ ਸਕਦੀ ਹੈ ਸੋ ਇਸ ਸ਼ੰਕੇ ਇੱਕ ਸ਼ੱਕ ਦੇ ਚੱਲਦਿਆਂ ਹੋਇਆ ਗੁਰਦੇਵ ਸਿੰਘ ਨੂੰ ਗੋਲੀ ਮਾਰਤੀ ਜਾਂਦੀ ਹੈ 13 ਜੂਨ 2016 ਦੀ ਘਟਨਾ ਜਿਸ ਤੋਂ ਬਾਅਦ ਕੀ ਉੱਥੇ ਦੇ ਜਿਹੜੇ ਸਥਾਨਕ ਡੇਰਾ ਸੱਚਾ ਸੌਦਾ ਤੇ ਸਮਰਥਕ ਹੁੰਦੇ ਨੇ ਪ੍ਰੇਮੀ ਹੁੰਦੇ ਨੇ ਉਹਨਾਂ ਵੱਲੋਂ ਇੱਕ ਬੜਾ ਵੱਡਾ ਦਰਨਾ ਇੱਕ ਮੁਜ਼ਾਰਾ ਕੀਤਾ ਜਾਂਦਾ ਹੈ ਦਰਨਾ ਕਈ ਦਿਨ ਤੱਕ ਕੋਟਕਪੂਰਾ ਦੇ ਵਿੱਚ ਮੋਹਿੰਦਰਪਾਲ ਬਿੱਟੂ ਹੋਣਾ ਵੱਲੋਂ ਹੀ ਜਾਰੀ ਰੱਖਿਆ ਜਾਂਦਾ ਹੈ ਸੋ ਆਪਾਂ ਸਮਝ ਸਕਦੇ ਆ ਵੀ 13 ਜੂਨ 2016 ਦੀ ਇਸ ਵਾਰਦਾਤ ਤੋਂ ਬਾਅਦ ਗੁਰਦੇਵ ਦੀ ਹੱਤਿਆ ਤੋਂ ਬਾਅਦ ਇਹ ਪੂਰਾ ਦਰਨਾ ਹੁੰਦਾ ਹੈ ਤੇ ਆਪਾਂ ਇਹ ਮੰਨੀਏ ਵੀ 5 ਦਿਨਾਂ ਦੇ ਵਿੱਚ ਡੇਰਾ ਪ੍ਰੇਮੀ ਦਾ ਜਿਹੜਾ ਪ੍ਰੈਸ਼ਰ ਉਸ ਵਕਤ ਦੀ ਤਤਕਾਲੀ ਅਕਾਲੀ ਸਰਕਾਰ ਤੇ ਐਡਾ ਪੈ ਜਾਂਦਾ ਹੈ ਵੀ ਗੁਰਦੇਵ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਆਫਰ ਕੀਤੀ ਜਾਂਦੀ ਹੈ ਦਿੱਤੀ ਜਾਂਦੀ ਹੈ ਇਹ ਸਰਕਾਰੀ ਨੌਕਰੀ ਬਹੁਤ ਸੇ ਜਿਹੜੇ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਸਿੰਘਾਂ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਫੱਟੜ ਹੋਏ ਲੋਕਾਂ ਦੇ ਕਿਸੇ ਪਰਿਵਾਰ ਨੂੰ ਜਾਂ ਵਿਕਟਮਸ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਉਸ ਡੇਰਾ ਪ੍ਰੇਮੀ ਦੇ ਰਿਸ਼ਤੇਦਾਰ ਨੂੰ ਦਿੱਤੀ ਜਾਂਦੀ ਹੈ ਜਿਸ ਉੱਤੇ ਸ਼ੱਕ ਇਹ ਹੁੰਦਾ ਵੀ ਬੇਦਬੀ ਕਰਾਉਣ ਦੇ ਵਿੱਚ ਇਸ ਦੀ ਭੂਮਿਕਾ ਰਹੀ ਹੋ ਸਕਦੀ ਹੈ ਇਹ ਘਟਨਾਕਰਨ ਨੂੰ ਜਸਟਿਸ ਰਜੀਤ ਸਿੰਘ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਵਿੱਚ ਦਰਜ ਕੀਤਾ ਹੈ ਇੱਕ ਵਿਤਕਰੇ ਦੀ ਗੱਲ ਕੀਤੀ ਗਈ ਹੈ ਵੀ ਬਾਦਲ ਸਰਕਾਰ ਡੇਰਾ ਪ੍ਰੇਮੀਆ ਦੇ ਪਤੀ ਕਾਫੀ ਜ਼ਿਆਦਾ ਸੌਫਟ ਕਾਰਨਰ ਰੱਖਦੀ ਸੀ ਜਦੋਂ ਕਿ ਹੋਰ ਸਿੱਖ ਜਥੇਬੰਦੀਆਂ ਜਾਂ ਪੰਥਕ ਜਿਹੜੇ ਸਿੰਘ ਸਨ ਜਿਹੜੇ ਮਾਰੇ ਗਏ ਉਸ ਪੂਰੇ ਮੋਰਚਿਆਂ ਦੇ ਦੌਰਾਨ ਉਹਨਾਂ ਦੇ ਉਹਨਾਂ ਨੂੰ ਇਸ ਤਰੀਕੇ ਦੀਆਂ ਜਿਹੜੀਆਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਆਫਰ ਵੀ ਹੋਈਆਂ ਉਹ ਬਹੁਤ ਹੀ ਘੱਟ ਤਨਖਾਹਾਂ ਤੇ ਬਹੁਤ ਹੀ ਚਪਰਾਸੀ ਲੈਵਲ ਦੀਆਂ ਨੌਕਰੀਆਂ ਸਨ ਜੋ ਕਿ ਬਣਦੀਆਂ ਵੀ ਨਹੀਂ ਸੀ ਉਹਨਾਂ ਨੂੰ ਆਫਰ ਕਰਨੀਆਂ ਸੋ ਇਹ ਗੱਲਾਂ ਬਾਤਾਂ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਦਰਜ ਕੀਤੀਆਂ ਨੇ ਲੇਕਿਨ ਮੈਂ ਮੋਹਿੰਦਰ ਪਾਲ ਬਿੱਟੂ ਦੀ ਭੂਮਿਕਾ ਤਿਆਰ ਹੈ ਜਿਸ ਨੇ ਲਗਾਤਾਰ 5 ਦਿਨ ਗੁਰਦੇਵ ਸਿੰਘ ਦੀ ਮੌਤ ਤੋਂ ਬਾਅਦ ਇੱਕ ਤਰਨਾ ਲਗਾ ਕੇ ਰੱਖਿਆ ਤੇ ਸੜਕਾਂ ਨੂੰ ਜਾਮ ਕਰਕੇ ਰੱਖਿਆ ਕੋਟਕਪੂਰੀ ਜਿਸ ਦੇ ਐਵਜ਼ ਦੇ ਵਿੱਚ ਉਹਨਾਂ ਨੂੰ ਸਰਕਾਰ ਵੱਲੋਂ ਕੰਸੈਸ਼ਨ ਵੀ ਮਿਲੇ ਤੇ ਗੁਰਦੇਵ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਵੀ ਮਿਲੀ ਹੁਣ ਸਮਝਣ ਵਾਲੀ ਗੱਲ ਹੈ ਕਿ ਇਸ ਘਟਨਾ ਦੇ 2016 ਦੀ ਇਸ ਘਟਨਾ ਤੋਂ ਪੀਕ 13 ਸਾਲ ਤੱਕ ਕੁਝ ਦਿਨ ਬਾਅਦ ਯਾਨੀ ਕਿ 22 ਜੂਨ 2019 ਨੂੰ ਖੁਦ ਮਹਿੰਦਰਪਾਲ ਬਿੱਟੂ ਨੂੰ ਨਿਸ਼ਾਨਾ ਬਣਾ ਲਿਆ ਗਿਆ ਯਾਨੀ ਕਿ ਉਸ ਨੂੰ ਨਾਬਾ ਜੇਲ੍ਹ ਦੇ ਵਿੱਚ ਮਾਰ ਮੁਕਾਇਆ ਗਿਆ ਮਹਿੰਦਰਪਾਲ ਬਿੱਟੂ ਜਦੋਂ ਫੜਾਇਆ ਜਾਂਦਾ ਇਸ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਫੜਾਇਆ ਤਾਂ ਮੋਗਾ ਦੇ ਸਾੜ ਫੂਕ ਤੇ 2010 ਤੇ 11 ਦੇ ਕੇਸ ਵਿੱਚ ਗਿਆ ਹੁੰਦਾ ਲੇਕਿਨ ਬੇਦਬੀ ਦੇ ਮਾਮਲੇ ਦੇ ਵਿੱਚ ਉਸ ਬਲੋਂ ਇੱਕ ਬਹੁਤ ਵੱਡਾ ਇਨਕਸ਼ਾਫ ਜਣਾ ਹੈ ਮੋਗੇ ਦੇ ਅਦਾਲਤ ਦੇ ਵਿੱਚ ਜੱਜ ਸਾਹਿਬ ਦੇ ਕੋਲ ਕੀਤਾ ਜਾਂਦਾ ਹੈ 164 ਦੇ ਉਸਦੇ ਬਿਆਨ ਹੁੰਦੇ ਨੇ ਜੋ ਜੱਸ ਸਾਹਿਬ ਦੀ ਹਾਜ਼ਰੀ ਦੇ ਵਿੱਚ ਦਰਜ ਕਰਾਏ ਜਾਂਦੇ ਨੇ ਮੋਹਿੰਦਰਪਾਲ ਬਿੱਟੂ ਇਸ ਵਿੱਚ ਇਨਸ਼ਾਫ ਕਰਦਾ ਹੈ ਵੀ ਜਿਹੜੀ ਵੀ ਗੱਲਬਾਤ ਰਣਵੀਰ ਖਟੜਾ ਉਹਨਾਂ ਦੀ ਸਿੱਟ ਕਹਿ ਰਹੀ ਹੈ ਜਿਸ ਕੌਨਸਪੀਰੇਸੀ ਦੇ ਤਹਿਤ ਜੂਨ ਦੇ ਵਿੱਚ ਜੂਨ 2015 ਦੇ ਵਿੱਚ ਗੁਰਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਬੁਰਜਵਾਰ ਸਿੰਘ ਵਾਲਾ ਤੋਂ ਚੋਰੀ ਕਰਕੇ ਬਰਗਾੜੀ ਦੇ ਵਿੱਚ ਅਕਤੂਬਰ 12 ਤੇ 13 ਦੀ ਰਾਤ ਦਰਮਿਆਨੀ ਰਾਤ ਨੂੰ ਇਹਨਾਂ ਦੇ ਅੰਗ ਖਿਲਾਰੇ ਜਾਣ ਦੀ ਪੂਰੀ ਘਟਨਾਕਰਮ ਹੈ ਉਸ ਦੇ ਵਿੱਚ ਉਸ ਦੀ ਭੂਮਿਕਾ ਸਾਫ ਤੌਰ ਤੇ ਇੱਕ ਸਰਗਨਾ ਤੋਂ ਕੱਟ ਨਹੀਂ ਸੀ ਸੋ ਮਹਿੰਦਰਪਾਲ ਬਿੱਟੂ ਦਾ ਇਹ ਜਿਹੜਾ ਬਿਆਨ ਹੈ ਇਹ ਅਦਾਲਤ ਦੇ ਸਾਹਮਣੇ ਜੱਜ ਦੇ ਸਾਹਮਣੇ ਰਿਕਾਰਡ ਹੁੰਦਾ ਹੈ ਤੇ ਉਸ ਦੀ ਜਿਹੜੀ ਪੁਲਿਸ ਇੰਟਰੋਗੇਸ਼ਨ ਜਾਂ ਪੁਲਿਸ ਦੀ ਜਿਹੜੀ ਕਸਟਡੀ ਰਿਮਾਂਡ ਹੁੰਦੀ ਹੈ ਉਸ ਤੋਂ ਇੱਕ ਦਿਨ ਬਾਅਦ ਜਦੋਂ ਉਸ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜਤਾ ਗਿਆ ਹੁੰਦਾ ਉਸ ਵਕਤ ਦਰਜ ਹੁੰਦਾ ਹੈ ਲੇਕਿਨ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਮਹਿੰਦਰਪਾਲ ਬਿੱਟੂ ਆਪਣੇ ਇਸ ਬਿਆਨ ਤੋਂ ਪਲਟਦਾ ਹੋਇਆ ਜਾਂ ਮੁੱਕਰਦਾ ਹੋਇਆ ਵੀ ਨਜ਼ਰ ਆ ਰਿਹਾ ਸੀ ਸੋ ਕਾਫੀ ਹੱਦ ਤੱਕ ਜਿਹੜੀ ਖਟੜਾ ਹੋਣਾ ਦੀ ਸਿਟ ਜਾਂ ਐਸਪੀਐਸ ਪਰਮਾਰ ਹੋਣਾ ਦੀ ਮੌਜੂਦਾ ਸਿਟ ਹੈ ਇਹਨਾਂ ਦੀ ਪੂਰੀ ਜਿਹੜੀ ਗੱਲਬਾਤ ਤੇ ਥਿਉਰੀ ਮਹਿੰਦਰਪਾਲ ਬਿੱਟੂ ਦੀ ਇਸ ਕੰਫੈਸ਼ਨਲ ਸਟੇਟਮੈਂਟ ਦੇ ਤਹਿਤ ਜਾਂ ਉਸ ਉੱਤੇ ਟਿਕੀ ਹੋਈ ਹੈ 164 ਸਟੇਟਮੈਂਟ ਹੁੰਦੀ ਹੈ ਜਿਸ ਦੀ ਕਿ ਕ੍ਰੈਡੀਬਿਲਿਟੀ ਜ਼ਰੂਰ ਹੁੰਦੀ ਹੈ ਲੇਕਿਨ ਜਿਹੜਾ ਬਚਾਅ ਪੱਖ ਹੁੰਦਾ ਇਸ ਮਾਮਲੇ ਦੇ ਵਿੱਚ ਉਹ ਇਸ ਚੀਜ਼ ਨੂੰ ਮੰਨਦਾ ਹੈ ਵੀ ਇੱਕ ਬਹੁਤ ਵੱਡਾ ਕਾਨੂੰਨੀ ਨੁਕਤਾ ਵੀ ਹੈ ਵੀ ਕੋਈ ਵੀ ਕਨਫੈਸ਼ਨਲ ਸਟੇਟਮੈਂਟ ਇੱਕ ਤਾਂ ਪੁਲਿਸ ਦੇ ਸਾਹਮਣੇ 161 ਦੀ ਸਟੇਟਮੈਂਟ ਜਿਸ ਦੀ ਕੋਈ ਜ਼ਿਆਦਾ ਅਹਿਮੀਅਤ ਅਦਾਲਤਾਂ ਦੇ ਵਿੱਚ ਨਹੀਂ ਹੁੰਦੀ ਲੇਕਿਨ ਜਦੋਂ ਅਦਾਲਤਾਂ ਦੇ ਵਿੱਚ 164 ਦਾ ਬਿਆਨ ਜੋ ਕਿ ਜੱਜ ਸਾਹਿਬ ਦੀ ਹਾਜ਼ਰੀ ਦੇ ਵਿੱਚ ਦਰਜ ਕਰਾਇਆ ਜਾਂਦਾ ਹੈ ਬਿਨਾਂ ਕਿਸੇ ਪ੍ਰੈਸ਼ਰ ਜਾਂ ਦਬਾਅ ਦੇ ਇਹ ਅਸਿਊਮ ਕੀਤਾ ਜਾਂਦਾ ਹੈ ਵੀ ਉਸ ਗਵਾਹੀ ਜਾਂ ਬਿਆਨ ਦੇਣ ਵਾਲੇ ਸ਼ਖਸ ਉੱ ਉਸ ਹਲਾਤ ਦੇ ਵਿੱਚ ਉਸ ਕੰਫੈਸ਼ਨਲ ਸਟੇਟਮੈਂਟ ਨੂੰ ਜੋ ਕਿ ਇਸ ਕੇਸ ਦੇ ਵਿੱਚ ਮਹਿੰਦਰਪਾਲ ਬਿੱਟੂ ਦੀ ਸੀ ਜਿਸ ਵਿੱਚ ਉਸਤੇ ਮੰਨਿਆ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਬੇਦਬੀਆਂ ਕਰਾਈਆਂ ਹਾਲਾਂਕਿ ਉਹਨੇ ਆਪਣੇ ਤੋਂ ਉੱਤੇ ਜਿਹੜੇ ਲੋਕਾਂ ਨੇ ਇਸ ਦਾ ਆਰਡਰ ਦੇਆ ਜਾਂ ਕਿਸੇ ਤੋਂ ਡਾਇਰੈਕਸ਼ਨ ਉਸ ਨੂੰ ਡੇਰੇ ਸੱਚੇ ਸੌਦੇ ਤੋਂ ਮਿਲ ਰਹੀ ਸੀ ਇਸ ਦੇ ਬਾਰੇ ਕੋਈ ਵੀ ਵੇਰਵਾ ਜਾਂ ਬਿਉਰਾ ਜਿਹੜਾ ਹੈਗਾ ਇਸ ਕੰਫੈਸ਼ਨਲ ਸਟੇਟਮੈਂਟ ਦੇ ਵਿੱਚ ਨਹੀਂ ਦਿੱਤਾ ਹੈ ਲੇਕਿਨ 164 ਦਾ ਉਹ ਕਾਫੀ ਅਹਿਮ ਕੰਫੈਸ਼ਨਲ ਬਿਆਨ ਹੈ ਜਿਸ ਉੱਤੇ ਪੰਜਾਬ ਪੁਲਿਸ ਤੇ ਉਸ ਦੇ ਸਿੱਟੇ ਦੀ ਪੂਰੀ ਥਿਓਰੀ ਟਿੱਕੀ ਹੋਈ ਹੈ ਜਦੋਂ ਕਿ ਬਚਾਅ ਪੱਖ ਤੇ ਕਾਨੂੰਨ ਦੀ ਇਹ ਜਿਹੜੀ ਜੂਰਿਸਪ੍ਰੂਡ ਉਹ ਕਾਫੀ ਹੱਦ ਤੱਕ ਇਸ ਚੀਜ਼ ਨੂੰ ਮੰਨਦੀ ਹੈ ਤੇ ਇਸ ਚੀਜ਼ ਦੇ ਉੱਤੇ ਰਿਲਾਇ ਵੀ ਕਰਦੀ ਹੈ ਵੀ ਇਸ ਕਿਸਮ ਦਾ ਕੋਈ ਵੀ ਕਨਫੈਸ਼ਨਲ ਸਟੇਟਮੈਂਟ ਚਾਹੇ ਉਹ ਪੁਲਿਸ ਦੇ ਸਾਹਮਣੇ ਦਿੱਤਾ ਗਿਆ ਹੈ ਜਾਂ ਫਿਰ ਉਹ ਅਦਾਲਤ ਦੇ ਵਿੱਚ ਦਿੱਤਾ ਗਿਆ ਹੋਵੇ ਉਸ ਨੂੰ ਇੱਕ ਕੋਰੋਬੋਰੇਟਿਵ ਐਵਿਡੈਂਸ ਦੇ ਨਾਲ ਯਾਨੀ ਕਿ ਉਸ ਦੇ ਨਾਲ ਰਲਦੇ ਹੋਏ ਹੋਰ ਜਿਹੜੇ ਸਬੂਤ ਹੈਗੇ ਨੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਹੀ ਉਸ ਚੀਜ਼ ਨੂੰ ਅਦਾਲਤਾਂ ਦੇ ਵਿੱਚ ਸਹੀ ਮੰਨਿਆ ਜਾਂ ਸਾਬਿਤ ਕੀਤਾ ਜਾ ਸਕਦਾ ਸੋ ਇੱਕ ਬੜਾ ਵੱਡਾ ਕੈਚ ਹੈ ਕਿਉਂਕਿ ਪੰਜਾਬ ਪੁਲਿਸ ਜਾਂ ਸਿਟਕੋਲ ਮਨਿੰਦਰਪਾਲ ਬਿੱਟੂ ਦੀ ਉਸ ਕਨਫੈਸ਼ਨਲ ਸਟੇਟਮੈਂਟ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਤੇ ਇੱਕ ਹੋਰ ਸਟੇਟਮੈਂਟ ਜਿਹੜੀ ਕਿ ਇੱਕ ਹੋਰ 164 ਦਾ ਬਿਆਨ ਜਿਹੜਾ ਹੈਗਾ ਪੋਸਟਰ ਮਾਮਲੇ ਦੇ ਵਿੱਚ ਸਿਟਕੋਲ ਹੈ ਇਹ ਦੋਵੇਂ 164 ਦੇ ਬਿਆਨ ਨੇ ਤੇ ਕਿ ਦੋ 164 ਦੇ ਬਿਆਨਾਂ ਨੂੰ ਆਪਸ ਦੇ ਵਿੱਚ ਇੱਕ ਦੂਸਰੇ ਬਿਆਨ ਨੂੰ ਸਪੋਰਟ ਕਰਨ ਲਈ ਕੋਰੋਬੋਰੇਟਿਵ ਐਵਿਡੈਂਸ ਯਾਨੀ ਕਿ ਇੱਕ ਸਪੋਰਟਿਵ ਐਵਿਡੈਂਸ ਦੀ ਸ਼ਕਲ ਵਿੱਚ ਲਿਆ ਜਾ ਸਕਦਾ ਹੈ ਇੱਕ ਬਹੁਤ ਵੱਡਾ ਸਵਾਲ ਹੈ ਜੋ ਕਿ ਟ੍ਰਾਇਲ ਦੀ ਸਟੇਜ ਤੇ ਇਸ ਨਾਲ ਇਸ ਨਾਲ ਲਜਿਠਿਆ ਜਾਏਗਾ ਜਾਂ ਡੀਲ ਕੀਤਾ ਜਾਏਗਾ ਲੇਕਿਨ ਅਸੀ ਮਹਿੰਦਰਪਾਲ ਬਿੱਟੂ ਦੀ ਚਰਚਾ ਕਰ ਰਹੇ ਸੀ ਉਸਨੇ ਇਸ ਚੀਜ਼ ਨੂੰ ਅਦਾਲਤ ਦੇ ਸਾਹਮਣੇ ਕਟੋ-ਕਟ ਸਾਫ਼ ਮੰਨ ਲਿਆ ਹੁੰਦਾ ਹੈ ਉਸ ਤੋਂ ਬਾਅਦ ਐਸੀਆਂ ਖਬਰਾਂ ਵੀ ਆਨੀਆਂ ਸ਼ੁਰੂ ਹੁੰਦੀਆਂ ਨੇ ਵੀ ਮਹਿੰਦਰਪਾਲ ਬਿੱਟੂ ਜਦੋਂ ਫਰੀਦਕੋਟ ਦੀ ਜੇਲ੍ਹ ਚੋਂ ਹੁੰਦਾ ਉਸ ਨੂੰ ਕੋੜ ਹੋ ਜਾਂਦਾ ਹੈ ਜਾਂ ਉਸ ਨੂੰ ਕੁਝ ਐਸੀ ਬਿਮਾਰੀ ਲੱਗ ਜਾਂਦੀ ਹੈ ਹਾਲਾਂਕਿ ਇਹ ਸਾਨੀਆਂ ਗੱਲਾਂ ਬਾਤਾਂ ਕਿਆਸਾ ਦਾ ਇੱਕ ਸਬਾਬ ਤੇ ਵਿਸ਼ਾ ਰਹਿੰਦੀਆਂ ਨੇ ਲੇਕਿਨ ਹੁਣ ਅਸੀਂ ਉਸ 2 ਜੂਨ 2019 ਦੀ ਘਟਨਾ ਤੇ ਆਂਦੇ ਆ ਜਿਸ ਉੱਤੇ ਕਿ ਸਭ ਦੀਆਂ ਨਜ਼ਰਾਂ ਜਾਂ ਇਸ ਕੇਸ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਹੈ ਉਹ ਟਿਕਿਆ ਹੋਇਆ ਹੈ ਯਾਨੀ ਕਿ ਵੰਦਰਪਾਲ ਬਿੱਟੂ ਦਾ ਕਤਲ ਉਸ ਨੂੰ ਦਾਬੇ ਜੇਲ੍ਹ ਦੇ ਵਿੱਚ ਮਾਰਿਆ ਜਾਂਦਾ ਹੈ ਤੇ ਇਸ ਕਤਲ ਤੋਂ ਪਹਿਲਾਂ ਜਾਂ ਇਸ ਹੱਤਿਆ ਤੋਂ ਪਹਿਲਾਂ ਤੇ ਕੁਝ ਮਹੀਨਿਆਂ ਦਾ ਘਟਨਾਕਰਮ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਐਸਆਈਟੀ ਬਣਾਈ ਗਈ ਜਦੋਂ ਇੱਕ ਕਤਲ ਹੋ ਜਾਂਦਾ ਹੈ ਸਵਾਲ ਖੜੇ ਹੋਏ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਅੰਡਰ ਟ੍ਰਾਇਲਸ ਕਿੰਨੇ ਸੁਰੱਖਿਤ ਹੈਗੇ ਨੇ ਇਹ ਸਾਰੇ ਸਵਾਲ ਪੰਜਾਬ ਦੇ ਸਾਹਮਣੇ ਸਨ ਜਿਨ੍ਹਾਂ ਦੇ ਜਵਾਬ ਅੱਜ ਤੱਕ ਨਹੀਂ ਮਿਲ ਪਾਏ ਨੇ ਲੇਕਿਨ ਕੁਝ ਮਹੀਨੇ ਪਹਿਲੇ ਦਾ ਘਟਨਾਕ੍ਰਮ ਇਸ ਹੱਤਿਆकांड ਤੋਂ ਕਾਫੀ ਅਹਿਮ ਹੈ ਮਹਿੰਦਰਪਾਲ ਬਿੱਟੂ ਦੀ ਹੱਤਿਆ ਦੇ ਵਿੱਚ ਜਿਹੜੇ ਪੰਜ ਅਹਿਮ ਮੁਲਜ਼ਮ ਸਨ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਜਿਹੜਾ ਨਾਂ ਆਂਦਾ ਹੈ ਉਹ ਜਸਪ੍ਰੀਤ ਸਿੰਘ ਏਲੀਆਸ ਉਸ ਨੂੰ ਜਸਪ੍ਰੀਤ ਸਿੰਘ ਉਲਫ ਨਿਹਾਲ ਸਿੰਘ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਦੋ ਹੋਰ ਅਹਿਮ ਜਿਹੜੇ ਕਿਰਦਾਰ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਸਨ ਲਖਵੀਰ ਸਿੰਘ ਤੇ ਹਰਪ੍ਰੀਤ ਇਹ ਕੁੱਲ ਪੰਜ ਲੋਕ ਹੈਗੇ ਨੇ ਜੋ ਕਿ ਅਕਿਊਜ਼ਡ ਹੈਗੇ ਨੇ ਇਸ ਮਹਿੰਦਰਪਾਲ ਬਿੱਟੂ ਹੱਤਿਆ ਕਾਂਡ ਦੇ ਵਿੱਚ ਮਨਿੰਦਰ ਸਿੰਘ ਗੁਰਸੇਵਕ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਨਿਹਾਲਾ ਇਹ ਤਿੰਨ ਮੇਨ ਅਕਿਊਜ਼ਡ ਜਿਹੜੇ ਹੈਗੇ ਨੇ ਮੇਨ ਕਾਂਸਪੀਰੇਟਰਸ ਵੀ ਹੈਗੇ ਨੇ ਉਹ ਨਾਮਾ ਜੇਲ੍ਹ ਦੇ ਵਿੱਚ ਹੀ ਸਨ ਇਹ ਸਾਰੇ ਲੋਕ ਉਸ ਵਕਤ ਕਾਫੀ ਸਮਾਂ ਤੱਕ ਇਹ ਮਹਿੰਦਰਪਾਲ ਬਿੱਟੂ ਦੇ ਨਾਲ ਜੇਲ੍ਹ ਦੇ ਵਿੱਚ ਸਨ لیکن 2018 ਦੇ ਵਿੱਚ ਲਗਭਗ ਨਵੰਬਰ دسمبر 2018 ਦੇ ਵਿੱਚ ਕੁਝ ਐਸੀਆਂ ਇੰਟੈਲੀਜੈਂਸ ਇਨਪੁਟਸ ਮਿਲੀਆਂ ਮਹਿੰਦਰਪਾਲ ਬਿੱਟੂ ਦੀ ਜਾਨ ਨੂੰ ਜਿਹੜੇ ਖਤਰੇ ਹੋਣ ਦੀ ਜਿਹੜੀ ਇੱਕ ਖੁਫੀਆ ਜਾਣਕਾਰੀ ਹੁੰਦੀ ਹੈ ਜੋ ਕਿ ਅਕਸਰ ਇੰਟੈਲੀਜੈਂਸ ਡਿਪਾਰਟਮੈਂਟ ਵੱਲੋਂ ਐਸੀਆਂ ਸੂਚਨਾਵਾਂ ਨਸ਼ਰ ਹੁੰਦੀਆਂ ਰਹਿੰਦੀਆਂ ਨੇ ਉਹ ਇੱਕ ਇੰਟਰਨਲ ਸਰਕੂਲੇਸ਼ਨ ਸੀ ਜਿਸ ਤੋਂ ਬਾਅਦ ਕੀ ਜੇਲ੍ਹਾਂ ਬਦਲੀਆਂ ਗਈਆਂ ਜੇਲਾ ਬਦਲਣ ਦੀ ਇਸ ਕਾਰਵਾਈ ਦੇ ਤਹਿਤ ਮਹਿੰਦਰਪਾਲ ਬਿੱਟੂ ਨੂੰ ਫਰੀਦਕੋਟ ਦੀ ਜੇਲ੍ਹ ਵਿੱਚ ਤਬਦੀਲ ਕਰਤਾ ਜਾਂਦਾ ਹੈ ਜਦੋਂ ਕਿ ਜਸਪ੍ਰੀਤ ਸਿੰਘ ਨਿਹਾਲੇ ਨੂੰ ਜਿਹੜਾ ਹੈ ਉਹ ਨਾਬੇ ਦੀ ਜਿਹੜੀ ਵੱਡੀ ਜਿਹੜੀ ਪੁਰਾਣੀ ਜੇਲ੍ਹ ਹੈ 올ਡ ਨਾਬਾ ਜੇਲ੍ਹ ਉਸ ਦੇ ਵਿੱਚ ਤਬਦੀਲ ਘਾਤਾ ਜਾਂਦਾ ਜਦੋਂ ਕਿ ਮਨਿੰਦਰ ਤੇ ਗੁਰਸੇਵਕ ਜਿਹੜੇ ਨੇ ਉਹ ਨਾਬੇ ਦੀ ਏਸੀ ਜੇਲ ਦੇ ਵਿੱਚ ਉਹ ਨਿਊ ਨਾਬਾ ਮਾਡਰਨ ਜੇਲ ਮੰਨੀ ਜਾਂਦੀ ਹੈ ਉਸ ਦੇ ਵਿੱਚ ਹੀ ਰਹਿੰਦੇ ਨੇ ਸੋ ਇਹ ਚਾਰ ਲੋਕ ਜਿਹੜੇ ਇਸ ਪੂਰੇ ਘਟਨਾਕਰਮ ਦੇ ਵਿੱਚ ਰਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਕਟਮ ਮਨਿੰਦਰਪਾਲ ਬਿੱਟੂ ਹੁੰਦਾ ਇਹਨਾਂ ਦੀਆਂ ਜੇਲ੍ਹਾਂ ਬਦਲਦੀਆਂ ਜਾਂਦੀਆਂ ਨੇ ਲੇਕਿਨ ਕੁਝ ਮਹੀਨੇ ਬਾਅਦ ਉਹ ਚੀਜ਼ ਵਾਪਸ ਹੁੰਦੀ ਹੈ ਤੇ ਮਨਿੰਦਰਪਾਲ ਬਿੱਟੂ ਨੂੰ ਫਰੀਦਕੋਟ ਤੋਂ ਵਾਪਸ ਜੇਲ੍ਹ ਵਿੱਚ ਲਿਆਂਦਾ ਜਾਂਦਾ ਹੈ ਆ ਨਾਬਾ ਦੀ ਨਿਊ ਮਾਡਰਨ ਜਿਹੜੀ ਨਾਬਾ ਜੇਲ ਹੈ ਉਸ ਦੇ ਵਿੱਚ ਉਹਦੀ ਵਾਪਸੀ ਹੁੰਦੀ ਹੈ ਤੇ ਉਸ ਤੋਂ ਕੁਝ ਮਹੀਨੇ ਬਾਅਦ ਹੀ ਉਸ ਉਤੇ ਹਮਲਾ ਹੋ ਜਾਂਦਾ ਹੈ ਹਮਲੇ ਤੋਂ ਤਕਰੀਬਨ 1.5 ਤੋਂ 2 ਮਹੀਨਾ ਪਹਿਲਾਂ ਜਿਹੜਾ ਗੁਰਸੇਵਕ ਸਿੰਘ ਹੁੰਦਾ ਹੈ ਉਹ ਪੈਰੋਲ ਤੇ ਵੀ ਕੁਝ ਦਿਨ ਬਾਹਰ ਰਹਿ ਕੇ ਆਇਆ ਹੁੰਦਾ ਹੈ ਸੋ ਇੱਕ ਲੰਬੀ ਚੌੜੀ ਇੱਕ ਸਾਜ਼ਿਸ਼ ਹੋਣ ਦੀ ਜਿਹੜੀ ਬਦਬੂ ਹੈ ਉਹ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਆ ਰਹੀ ਹੁੰਦੀ ਹੈ ਤੇ ਇਹ ਜਿਹੜੀ ਇੰਟੈਲੀਜੈਂਸ ਇਨਪੁਟਸ ਦਾ ਮਿਲਣਾ ਤੇ ਉਸ ਤੇ ਬਾਅਦ ਜੇਲ੍ਹਾਂ ਦੀ ਅਦਲਾ ਬਦਲੀ ਕਰਨਾ ਲੇਕਿਨ ਉਸ ਤੇ ਬਾਅਦ ਕੀ ਕਾਰਨ ਬਣੇ ਵੀ ਇਹ ਸਾਰਿਆਂ ਨੂੰ ਫੇਰ ਦੁਬਾਰਾ ਇੱਕ ਜੇਲ੍ਹ ਦੇ ਵਿੱਚ ਇਕੱਠਾ ਕਰਤਾ ਹਾਲਾਂਕਿ ਜਿਹੜਾ ਨਿਹਾਲਾ ਹੈ ਉਸ ਨੂੰ ਉਹ ਇਸ ਜੇਲ੍ਹ ਵਿੱਚ ਨਹੀਂ ਹੁੰਦਾ ਜਦੋਂ ਇਹ ਪੂਰਾ ਹਮਲਾ ਹੁੰਦਾ ਹੈ ਲੇਕਿਨ ਗੁਰਸੇਵਾ ਕਤੇ ਮਨਿੰਦਰ ਵੱਲੋਂ ਇਹ ਜਿਹੜੇ ਹਤਿਆਕਾਂਡ ਜਾਂ ਹਤਿਆ ਹੁੰਦੀ ਹੈ ਉਸ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਇੱਕ ਬਹੁਤ ਵੱਡੀ ਤਰਥਲੀ ਮੱਚਦੀ ਹੈ ਪੰਜਾਬ ਦਾ ਜੇਲ੍ਹ ਮਹਿਕਮਾ ਪੰਜਾਬ ਸਰਕਾਰ ਹਿਲ ਜਾਂਦੀ ਹੈ ਕਿਉਂਕਿ ਇਹ ਉਹ ਸਭ ਤੋਂ ਅਹਿਮ ਗਵਾ ਵੀ ਸੀ ਇੱਕ ਮੁਲਜ਼ਮ ਵੀ ਸੀ ਤੇ ਇਹ ਉਹ अहम ਕੜੀ ਸੀ ਜੋ ਕਿ ਟੁੱਟ ਗਈ ਠੀਕ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਅਸੀਂ ਪਹਿਲਾ ਵੀਡੀਓ ਦੇ ਵਿੱਚ ਅਜੀਤ ਸਿੰਘ ਪੂਲੇ ਦਾ ਜ਼ਿਕਰ ਕਰ ਚੁੱਕੇ ਕਿਵੇਂ ਵੱਡੇ ਵੱਡੇ ਅਫਸਰਾਂ ਦਾ ਉਹ ਰਾਜ਼ਦਾਰ ਉਸ ਨੂੰ ਵੀ ਜੇਲ੍ਹ ਦੇ ਵਿੱਚ ਮਾਰ ਮੁਕਾਇਆ ਗਿਆ ਸੋ ਕਿਤੇ ਨਾ ਕਿਤੇ ਉਸ ਕੇਸ ਦੇ ਨਾਲ ਮਹਿੰਦਰਪਾਲ ਬਿੱਟੂ ਦਾ ਇਹ ਘਟਨਾਕਰਮ ਵੀ ਰਲਦਾ ਹੋਇ ਨਜ਼ਰ ਆਂਦਾ ਕਿਉਂਕਿ ਮਹਿੰਦਰਪਾਲ ਬਿੱਟੂ ਹੀ ਉਹ ਆਪਾਂ ਕਹਿ ਸਕਦੇ ਹਾਂ ਵੀ ਜੇ ਉਹ ਵਾਕਈ ਬੇਅਦਬੀ ਦੇ ਮਾਮਲਿਆਂ ਦਾ ਦੋਸ਼ੀ ਆਪਾਂ ਉਸ ਨੂੰ ਮੰਨ ਕੇ ਚੱਲਦੇ ਹਾਂ ਤਾਂ ਉਹ ਫਿਰ ਬਹੁਤ ਵੱਡੀ ਕੜੀ ਸੀ ਉਹ ਬਹੁਤ ਵੱਡੀ ਕੁੰਜੀ ਸੀ ਉਹ ਬਹੁਤ ਵੱਡਾ ਇੱਕ ਰਸਤਾ ਹੋ ਸਕਦਾ ਸੀਗਾ ਉਹਨਾਂ ਲੋਕਾਂ ਤੱਕ ਪਹੁੰਚਦਾ ਜਿਨ੍ਹਾਂ ਨੇ ਵੱਡੇ ਪੱਦਰ ਤੇ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਵਾਇਆ ਹੋ ਸਕਦਾ ਹੈ ਮੇਰਾ ਮੇਰਾ ਇਸ਼ਾਰਾ ਕਿਤੇ ਨਾ ਕਿਤੇ ਡੇਰੇ ਸੱਚੇ ਸੌਦੇ ਦੀ ਉਸ ਲੀਡਰਸ਼ਿਪ 'ਵਲ ਵੀ ਹੈ ਜੋ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਿਉਂਕਿ ਸਥਾਨਕ ਪੱਦਰ ਦੇ ਉੱਤੇ ਫਰੀਦਕੋਟ ਜਾਂ ਕੋਟਕਪੂਰੇ ਡੇਰਾ ਪ੍ਰੇਮੀ ਐਡਾ ਵੱਡਾ ਫੈਸਲਾ ਲੈ ਲਨਗੇ ਜਾਂ ਮਹਿੰਦਰਪਾਲ ਬਿੱਟੂ ਵਰਗੇ 2-4 ਲੋਕਾਂ ਦਾ ਫੈਸਲਾ ਹੋਵੇ ਇਹ ਸੰਭਵ ਨਹੀਂ ਹੈ ਇਸ ਚੀਜ਼ ਨੂੰ ਬਾਕਾਇਦਾ ਟੰਗ ਨਾਲ ਜਸਟਿਸ ਅਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਉਸ ਤੋਂ ਪਹਿਲਾਂ ਖਟੜਾ ਹੋਣਾ ਦੀ ਸਿੱਟ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਕਿ ਬੁਰਜ ਜਵਾਰ ਸਿੰਘ ਦੀ ਉਹ ਘਟਨਾ ਜਿੱਥੇ ਕਿ ਪਵਿੱਤਰ ਬੀਡ ਨੂੰ ਚੋਰੀ ਕੀਤਾ ਗਿਆ ਉਸ ਤੋਂ ਪਹਿਲਾਂ ਜਿਹੜਾ ਨਿਸ਼ਾਨਾ ਸੀ ਉਹ ਜਥੇਦਾਰ ਦਾਦੂਵਾਲ ਨੂੰ ਬਣਾਇਆ ਜਾਣਾ ਸੀ ਲੇਕਿਨ ਜਥੇਦਾਰ ਦਾਦੂਵਾਲ ਤੇ ਉਹਨਾਂ ਦੇ ਆਸ-ਪਾਸ ਦਾ ਜਿਹੜਾ ਸੁਰੱਖਿਆ ਘੇਰਾ ਸੀ ਉਹ ਬੜਾ ਮਜ਼ਬੂਤ ਸੀ ਵੀ ਕਈ ਕੋਸ਼ਿਸ਼ਾਂ ਦੇ ਬਾਅਦ ਤੇ ਕਈ ਲੋਕਾਂ ਨੂੰ ਇਹ ਕੰਮ ਦਿੱਤੇ ਜਾਣ ਤੋਂ ਬਾਅਦ ਇਹ ਜਿਹੜਾ ਘਟਨਾਕਰਮ ਜਾਂ ਵਾਰਦਾਤ ਨੂੰ ਅੰਜਾਮ ਡੇਰਾ ਦੇ ਉਹਨਾਂ ਕੁਝ ਖਾਸ ਲੋਕਾਂ ਵੱਲੋਂ ਨਹੀਂ ਦਿੱਤਾ ਜਾ ਸਕਿਆ ਤੇ ਇਸ ਮਾਮਲੇ ਦੇ ਵਿੱਚ ਵੀ ਮਹਿੰਦਰਪਾਲ ਬਿੱਟੂ ਦਾ ਹੀ ਨਾਂ ਇਸ ਚਲਾਨ ਜਾਂ ਇਸ ਪੂਰੀ ਰਿਪੋਰਟ ਜਾਂ ਉਸ ਪੂਰੇ ਵੇਰਵੇ ਦੇ ਵਿੱਚ ਸ਼ਾਮਲ ਹੈ ਸੋ ਇਹ ਸਮਝਿਆ ਜਾ ਰਿਹਾ ਹੈ ਐਸ ਪਰ ਦ ਪੰਜਾਬ ਪੁਲਿਸ ਜਾਂ ਸਿਟ ਦਾ ਜਿਹੜਾ ਵਰਜਨ ਹੈ ਵੀ ਮਹਿੰਦਰਪਾਲ ਬਿੱਟੂ ਤੇ ਉਸ ਦੇ ਨਾਲ ਦੇ ਜਿਹੜੇ ਹੋਰ ਸਾਥੀ ਸਨ ਉਹਨਾਂ ਵੱਲੋਂ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਹਿਲਾਂ ਟਾਰਗੇਟ ਜੱਥੇਦਾਰ ਦਾਦੂਵਾਲ ਸੀ ਲੇਕਿਨ ਜਦੋਂ ਉਹਨਾਂ ਦੇ ਆਸ-ਪਾਸ ਦਾ ਰਿੰਗ ਘੇਰਾ ਦੇਖ ਕੇ ਇਹ ਨਹੀਂ ਮੁਨਾਸਬ ਸਮਝਿਆ ਗਿਆ ਵੀ ਇੱਥੋਂ ਹਮਲਾ ਕਰਕੇ ਸਹੀ ਸਲਾਮਤ ਵਾਪਸ ਲੋਟਿਆ ਜਾ ਸਕਦਾ ਤਾਂ ਉਸ ਤੋਂ ਬਾਅਦ ਉਹ ਪਲਾਨ ਨੂੰ ਸ਼ੈਲਫ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਕਥਾਵਾਚਕ ਆਪ ਜਿਹੜੇ ਪ੍ਰਚਾਰਕ ਹੁੰਦੇ ਨੇ ਮੰਨਜੀ ਉਹਨਾਂ ਦੇ ਸੱਤ ਸੰਗ ਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਹੈ ਡੇਰੇ ਦੇ ਲੋਕਟ ਉਥੇ ਜਿਹੜੇ ਸਮਰਥਕ ਹੈਗੇ ਨੇ ਲਾ ਕੇ ਆਪਣੇ ਗਲਿਆਂ ਚ ਜ਼ਮੀਨ ਤੇ ਰੱਖ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਇਹ ਪਲੈਨਿੰਗ ਕੀਤੀ ਜਾਂਦੀ ਹੈ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਚੱਕਿਆ ਜਾਵੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਅੰਗ ਨੂੰ ਜਿਹੜਾ ਖਲਾਰਤਾ ਜਾਂਦਾ ਬਰਗਾੜੀ ਦੇ ਵਿੱਚ ਸੋ ਇਸ ਘਟਨਾਕਰਮ ਦੇ ਵਿੱਚ ਮਹਿੰਦਰਪਾਲ ਬਿੱਟੂ ਦੀ ਭੂਮਿਕਾ ਸ਼ੁਰੂ ਤੋਂ ਹੀ ਨਜ਼ਰ ਆ ਰਹੀ ਹੁੰਦੀ ਹੈ ਲੇਕਿਨ ਮਹਿੰਦਰਪਾਲ ਬਿੱਟੂ ਦੀ ਇਹ ਭੂਮਿਕਾ ਪੰਜਾਬ ਪੁਲਿਸ ਤੇ ਐਸਆਈਟੀ ਦਾ ਵਰਜ਼ਨ ਹੈ ਤੇ ਇਸ ਦੇ ਨਾਲ ਬਹੁਤ ਸਾਰੀ ਕੋਰੋਬੋਰੇਟਿਵ ਲੀਡਸ ਹੈਗੀਆਂ ਨੇ ਜੋ ਕਿ ਮੌਜੂਦ ਨਹੀਂ ਸਨ ਤੇ सीबीआई ਜੋ ਕਲੀਨ ਚਿੱਟ ਬਾਅਦ ਦੇ ਵਿੱਚ ਇਹਨਾਂ ਸਾਰੇ ਮੁਲਜ਼ਮਾ ਨੂੰ ਇੱਕ ਮੌਕੇ ਤੇ ਦੇ ਗਈ ਸੀ ਬੇਸ਼ੱਕ ਉਹ ਅੱਜ ਅਦਾਲਤਾਂ ਵਿੱਚ ਸਸਟੇਨੇਬਲ ਨਹੀਂ ਹੈ ਲੇਕਿਨ ਫਿਰ ਵੀ ਉਹਨਾਂ ਜਿਹੜੇ ਅਕਿਊਜ਼ ਨੇ ਮੁਲਜ਼ਮਾ ਲਈ ਇੱਕ ਬਹੁਤ ਵੱਡਾ ਇੱਕ ਇੱਕ ਪ੍ਰੂਫ ਹੈ ਆਪਣੀ ਇਨੋਸੈਂਸ ਦਾ ਜਾਂ ਇੱਕ ਉਹਨਾਂ ਦੇ ਹੱਕ ਦਾ ਇੱਕ ਸਬੂਤ ਮੰਨ ਕੇ ਚੱਲੀਏ ਜੋ ਕਿ ਟ੍ਰਾਇਲ ਦੀ ਸਟੇਜ ਤੇ ਨਜਿੱਠਿਆ ਜਾਏਗਾ ਲੇਕਿਨ ਵਾਪਸ ਜੇ ਆਪਾਂ ਉਸ ਘਟਨਾਕ੍ਰਮ ਤੇ ਆ ਜਾਈਏ ਮਹਿੰਦਰਪਾਲ ਬਿੱਟੂ ਦੀ ਮੌਤ ਦੀ ਉਸ ਘਟਨਾਕ੍ਰਮ ਤੇ ਆ ਜਾਈਏ ਜੋ ਕਿ ਸੋਚਣ ਲਈ ਤੇ ਸਾਨੂੰ ਸਮਝਣ ਲਈ ਵੀ ਮਜਬੂਰ ਕਰਦਾ ਵੀ ਆਖਿਰ ਇਹ ਪੂਰਾ ਚੱਕਰ ਵੀ ਉਸੇ ਕੀ ਕਿਉਂਕਿ ਇਸੇ ਮੌਕੇ ਤੇ ਜਦੋਂ ਇਸ ਮਾਮਲੇ ਦੇ ਵਿੱਚ ਰੌਲਾ ਪੈਂਦਾ ਤੇ ਠੀਕ ਉਸੇ ਤਰੀਕੇ ਨਾਲ ਜਿਵੇਂ ਗੁਰਦੇਵ ਸਿੰਘ ਦੀ ਮੌਤ ਤੋਂ ਬਾਅਦ ਧਰਨੇ ਲੱਗਦੇ ਨੇ ਕੋਟ ਕਪੂਰਾ ਦੇ ਵਿੱਚ ਸੜਕਾਂ ਨੂੰ ਜਾਮ ਕਰ ਲਿਆ ਜਾਂਦਾ ਹੈ ਤਾਂ ਮਹਿੰਦਰਪਾਲ ਬਿੱਟੂ ਦੀ লাশ ਨੂੰ ਲੈ ਕੇ ਵੀ ਉਸਦੇ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹ ਸੜਕਾਂ ਤੇ ਉਤਰ ਆਉਂਦੇ ਨੇ ਬੈਠ ਜਾਂਦੇ ਨੇ ਲੇਕਿਨ ਸਰਕਾਰ ਤੋਂ ਕੋਈ ਜ਼ਿਆਦਾ ਉਹਨਾਂ ਨੂੰ ਕਨਸੈਸ਼ਨ ਨਹੀਂ ਮਿਲ ਪਾਉਂਦੇ ਸਰਕਾਰ ਤੋਂ ਕੋਈ ਜ਼ਿਆਦਾ ਉਹਨਾਂ ਨੂੰ प्राप्ति ਨਹੀਂ ਹੋ ਪਾਂਦੇ ਜਿਸ ਤਰੀਕੇ ਨਾਲ ਗੁਰਦੇਵ ਸਿੰਘ ਦੇ ਪਰਿਵਾਰ ਲਈ ਇੱਕ ਸਰਕਾਰੀ ਨੌਕਰੀ ਲੈਣ ਵਿੱਚ ਉਸ ਵਕ ਮਹਿੰਦਰਪਾਲ ਬਿੱਟੂ ਖੁਦ ਕਾਮਯਾਬ ਹੋਇਆ ਸੀ ਲੇਕਿਨ ਆਪਣੀ ਮੌਤ ਤੋਂ ਬਾਅਦ ਮਹਿੰਦਰਪਾਲ ਬਿੱਟੂ ਨੂੰ ਕੋਈ ਐਸੀ ਚੀਜ਼ ਨਹੀਂ ਮਿਲਦੀ ਤੇ ਸਰਕਾਰ ਦਾ ਜਿਹੜਾ ਭਰੋਸਾ ਇਹਨਾਂ ਜਿਹੜੇ ਪ੍ਰਦਰਸ਼ਨਕਾਰੀ ਜਿਹੜੇ ਡੇਰੇ ਸੱਚੇ ਸਵਾਦੇ ਦੇ ਸਮਰਥਕ ਹੁੰਦੇ ਨੇ ਕੋਰਟ ਕੋ ਪੂਰਾ ਦੇ ਸਥਾਨਕ ਵਸਨੀਕ ਹੁੰਦੇ ਨੇ ਉਹਨਾਂ ਨੂੰ ਇੱਕ ਸਿੱਟ ਦੀ ਸ਼ਕਲ ਵਿੱਚ ਹੁੰਦਾ ਇੱਕ ਐਸੀ ਹਾਈ ਪਾਵਰਡ ਸਪੈਸ਼ਲ ਇਨਵੈਸਟੀਗੇਟਿਵ ਟੀਮ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਜੋ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਸ ਨੇ ਉਸ ਦੀ ਕੋਖ ਤੇ ਪੜਤ ਹੁੰਦੀ ਹੈ ਹੁਣ ਮੈਂ ਸਭ ਤੋਂ ਇੰਪੋਰਟੈਂਟ ਪੁਆਇੰਟ ਤੇ ਆਣਾ ਚਾਹ ਰਿਹਾ ਲੇਕਿਨ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਨੁਕਤਾ ਹੋਰ ਤੁਹਾਨੂੰ ਦੱਸ ਦਈਏ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਦਵਿੰਦਰ ਬੰਬੀਹਾ ਨਾਂ ਦਾ ਇੱਕ ਜਿਹੜਾ ਗੈਂਗ ਹੈ ਉਸ ਦਾ ਸਰਗਨਾ ਸੁਖਪ੍ਰੀਤ ਬੁੱਢਾ ਜੋ ਕਿ ਬਾਅਦ ਦੇ ਵਿੱਚ ਆਰਮੀਨੀਆ ਦੇ ਵਿੱਚੋਂ ਐਕਸਟਰੈਡ ਕਰਵਾਇਆ ਜਾਂਦਾ ਹੈ ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਪੂਰੇ ਹੱਤਿਆਕਾਂਡ ਦੀ ਜ਼ਿੰਮੇਵਾਰੀ ਲੈ ਲਈ ਹੁੰਦੀ ਹੈ ਕੀ ਗੈਂਗਸਟਰਾਂ ਦੇ ਹੱਥ ਸੀ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਦਵਾਣਾ ਕੀ ਮਹਿੰਦਰਪਾਲ ਬਿੱਟੂ ਨੂੰ ਗੈਂਗਸਟਰਾਂ ਵੱਲੋਂ ਮਰਵਾਇਆ ਜਾਂਦਾ ਹੈ ਮਰਵਾਇਆ ਗਿਆ ਕਿਉਂਕਿ ਹੁਣ ਸੁਖਪ੍ਰੀਤ ਬੁੱਢਾ ਵੀ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਪੰਜਾਬ ਪੁਲਿਸ ਕੋਲ ਹੀ ਹੈ ਉਸ ਤੋਂ ਪੁੱਛਗਿੱਛ ਵੀ ਹੋਈ ਹੈ ਤੇ ਉਸ ਦੀ ਪੁੱਛਗਿੱਛ ਤੋਂ ਬਾਅਦ ਤਕਰੀਬਨ 2 ਦਰਜਨ ਤੋਂ ਵੱਧ ਜਿਹੜੇ ਲੋਕਾਂ ਤੇ ਠਿਕਾਣੇ ਹਥਿਆਰ ਨਸ਼ਾ ਸਭ ਕੁਝ ਬਰਾਮਦ ਪੰਜਾਬ ਪੁਲਿਸ ਨੇ 2019 ਤੇ 2020 ਦੇ ਵਿੱਚ ਕੀਤਾ ਹੁੰਦਾ ਹੈ ਲੇਕਿਨ ਇਸ ਮੁਤਲਕ ਇਸ ਪੂਰੇ ਹੱਤਿਆਕਾਂਡ ਦੇ ਮੁਤਲਕ ਕੋਈ ਵੀ ਪੁਖਤਾ ਜਿਹੜੀ ਜਾਣਕਾਰੀ ਹੈ ਸੁਖਪ੍ਰੀਤ ਬੁੱਢਾ ਤੋਂ ਪੰਜਾਬ ਪੁਲਿਸ ਅਜੇ ਤੱਕ ਕਿਉਂ ਜਾਂ ਤਾਂ ਕਢਾ ਨਹੀਂ ਪਾਈ ਹੈ ਤੇ ਜੇ ਕਢਾ ਪਾਈ ਹੈ ਤਾਂ ਉਸ ਨੂੰ ਪਬਲਿਕ ਡੋਮੇਨ ਦੇ ਵਿੱਚ ਕਿਉਂ ਲਿਆ ਤੇ ਸਭ ਤੋਂ ਅਹਿਮ ਗੱਲ ਹੈ ਪੰਜ ਮੈਂਬਰੀਕ ਜਿਹੜੀ ਹਾਈ ਪਾਵਰਡ ਐਸਆਈਟੀ ਜੋ ਕਿ ਮਨਿੰਦਰਪਾਲ ਬਿੱਟੂ ਦੇ ਕਤਲ ਦੇ ਮਾਮਲੇ ਦੇ ਵਿੱਚ ਜਾਂਚ ਕਰਨ ਲਈ ਬੈਠੀ ਸੀ ਜਿਸ ਨੇ ਕਿ ਕਈ ਕਈ ਮੈਟਰਸ ਦੇ ਵਿੱਚ ਕਈ ਫੈਕਟਰਸ ਨੂੰ ਖੋਖਣਾ ਸੀ ਉਸ ਜਾਂਚ ਟੀਮ ਦੀ ਰਿਪੋਰਟ ਕਿੱਥੇ ਹੈ ਉਸ ਐਸਆਈਟੀ ਦੀ ਰਿਪੋਰਟ ਕਿੱਥੇ ਹੈ ਉਸ ਐਸਆਈਟੀ ਨੂੰ ਏਡੀਜੀਪੀ ਜਿਹੜੇ ਲੈਵਲ ਦੇ ਅਫਸਰ ਈਸ਼ਵਰ ਸਿੰਘ ਲੀਡ ਕਰ ਰਹੇ ਸਨ ਉਸ ਤੋਂ ਇਲਾਵਾ ਆਈਜੀ ਜਿਹੜੇ ਅਮਰਦੀਪ ਰਾਏ ਉਹਦੇ ਵਿੱਚ ਸਨ ਉਸ ਵਕਤ ਹਰਦੀਪਾਲ ਸਿੰਘ ਮਾਨ ਡੀਆਈਜੀ ਉਸ ਸਮੇਂ ਹੋਇਆ ਕਰਦੇ ਸਨ ਉਹ ਵੀ ਇਸ ਟੀਮ ਦਾ ਹਿੱਸਾ ਸਨ ਪਟਿਆਲਾ ਦੇ ਜਿਹੜੇ ਤਤਕਾਲੀ ਐਸਐਸਪੀ ਮਨਦੀਪ ਸਿੰਘ ਇਸ ਟੀਮ ਦਾ ਹਿੱਸਾ ਸਨ ਤੇ ਉਸ ਤੋਂ ਇਲਾਵਾ ਇੱਕ ਹੋਰ ਏਏਜੀ ਪੱਧਰ ਦਾ ਥਲੜੇ ਲੈਵਲ ਦਾ ਹੋਰ ਪੀਪੀ ਅਸ਼ਿਆਡ ਆਫੀਸਰ ਸੀ ਸੋ ਪੰਜ ਮੈਂਬਰਾਂ ਦੀ ਏਡੀ ਹਾਈ ਪਾਵਰ ਟੀਮ ਜਿਸ ਦੇ ਵਿੱਚ ਕੀ ਏਡੀਜੀਪੀ ਤੋਂ ਲੈ ਕੇ ਆਈਜੀ ਡੀਏਜੀ ਐਸਐਸਪੀ ਤੇ ਥਲੜੇ ਲੈਵਲ ਤੇ ਏਏਜੀ ਲੈਵਲ ਤੇ ਅਫਸਰ ਸਨ ਉਹਨਾਂ ਦੀ ਜਿਹੜੀ ਜਾਂਚ ਰਿਪੋਰਟ ਸੀ ਉਹ ਕਿੱਥੇ ਹੈ ਉਹ ਸਿੱਟ ਦੀ ਰਿਪੋਰਟ ਅੱਜ ਤੱਕ ਹਵਾ ਦੇ ਵਿੱਚ ਹੈ ਤੇ ਮੈਂ ਤੁਹਾਨੂੰ ਇਹ ਦੱਸ ਦਵਾ ਵੀ ਅੱਜ ਤੱਕ ਕਰੀਬਨ 9 ਜਾਂ 10 ਮਹੀਨੇ ਪਹਿਲਾਂ ਇੱਕ ਸਬਾਬ ਇੱਕ ਮੌਕਾ ਬਣਿਆ ਸੀ ਜਦੋਂ ਕਿ ਮੈਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਦਾਵਾ ਹੋਣਾ ਨਾਲ ਇੱਕ ਇੰਟਰਵਿਊ ਕੀਤੀ ਸੀ ਉਸ ਦੌਰਾਨ ਮੈਨਾਂ ਉਹ ਤੇ ਸਵਾਲ ਪੁੱਛਿਆ ਸੀ ਵੀ ਤੁਹਾਡੀ ਜੇਲ੍ਹਾਂ ਦੇ ਵਿੱਚ ਐਡੇ ਵੱਡੇ ਵੱਡੇ ਕੰਮ ਹੋ ਰਹੇ ਨੇ ਕਿਉਂਕਿ ਹੋਰ ਬਹੁਤ ਸੀਆਂ ਖਬਰਾਂ ਜੇਲ੍ਹਾਂ ਦੇ ਮੁਤਲਕ ਆਉਂਦੀਆਂ ਨੇ ਕਦੇ ਜੇਲ੍ਹਾਂ ਦੇ ਮੁੱਦੇ ਨੂੰ ਦੁਬਾਰਾ ਵੀ ਆਪਾਂ ਟੇਕ ਅਪ ਕਰਾਂਗੇ ਵੀਡੀਓ ਦੇ ਮਾਧਿਅਮ ਤੋਂ ਲੇਕਿਨ ਇਸ ਮਾਮਲੇ ਦੇ ਵਿੱਚ ਮਹਿੰਦਰਪਾਲ ਬਿੱਟੂ ਕਤਲकांड ਦੇ ਮਾਮਲੇ ਦੇ ਵਿੱਚ ਉਹ ਸਿਟ ਦੀ ਰਿਪੋਰਟ ਨੇ ਕੀ ਫਾਈਂਡਿੰਗਸ ਨੇ ਤੇ ਰਿਪੋਰਟ ਕਿੱਥੇ ਹੈ ਸੁਮੰਤਰੀ ਸਾਹਿਬ ਦਾ ਮੈਨੂੰ ਜਵਾਬ ਸੀ ਵੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਉਹਨਾਂ ਨੂੰ ਇਸ ਚੀਜ਼ ਦਾ ਕੋਈ ਲਮ ਨਹੀਂ ਤੇ ਰਿਪੋਰਟ ਸਿੱਧੀ ਉਤਲੇ ਲੈਵਲ ਤੇ ਪਹੁੰਚ ਗਈ ਹੈ ਯਾਨੀ ਕਿ ਚੀਫ ਮਿਨਿਸਟਰ ਆਫਿਸ ਜਾਂ ਚੀਫ ਮਿਨਿਸਟਰ ਕੋਲ ਪਹੁੰਚੀ ਹੈ ਸੋ ਆਖਿਰ ਉਸ ਸਿਟ ਨੇ ਉਸ ਪੰਜ ਮੈਂਬਰੀ ਸਿਟ ਨੇ ਕੀ ਫਾਈਂਡਿੰਗਸ ਦਿੱਤੀਆਂ ਇਹ ਅੱਜ ਤੱਕ ਪਬਲਿਕ ਡੋਮੇਨ ਦੇ ਵਿੱਚ ਕਿਉਂ ਨਹੀਂ ਆਇਆ ਇਹ ਬਹੁਤ ਵੱਡੇ ਸਵਾਲ ਹੈਗੇ ਨੇ ਕਿਉਂਕਿ ਬਹੁਤ ਸੇ ਕੇਸ ਐਦਾਂ ਹੀ ਖਤਮ ਕਰਤੇ ਜਾਂਦੇ ਨੇ ਬਹੁਤ ਸੇ ਗਵਾਹ ਆਖਿਰ ਮਹਿੰਦਰਪਾਲ ਬਿੱਟੂ ਦੀ ਮੌਤ ਤੋਂ ਫਾਇਦਾ ਕਿਸ ਨੂੰ ਹੋਣਾ ਸੀ ਜਾਂ ਤਾਂ ਉਹਨਾਂ ਵੱਡੇ ਸਰਗਨਾਵਾਂ ਨੂੰ ਹੋਣਾ ਸੀਗਾ ਜਾਂ ਡੇਰੇ ਸੱਚੇ ਸੌਦੇ ਦੇ ਉਹਨਾਂ ਵੱਡੇ ਅਕਿਊਜ਼ ਨੂੰ ਹੋਣਾ ਸੀਗਾ ਅੱਜ ਦੀ ਤਰੀਕ ਦੇ ਵਿੱਚ ਵੀ ਡੇਰੇ ਸੱਚੇ ਸੌਦੇ ਨੇ ਮੈਂ ਕੱਲ ਅਲੱਗ ਹੋਰ ਵੀਡੀਓ ਕੁਝ ਹਫ਼ਤੇ ਪਹਿਲਾਂ ਪਾਇਆ ਸੀ ਜਿਸ ਵਿੱਚ ਕਿ ਮੈਂ ਡੇਰੇ ਦੇ ਮੋਸਟ ਵਾਂਟਿਡ ਉਹਦਾ ਮੈਂ ਲਿਸਟ ਬਾ ਚਾਹਾਂਗਾ ਵੀ ਸੁਜੈਸਟਿਡ ਵੀਡੀਓ ਦੇ ਵਿੱਚ ਆਪਾਂ ਉਸ ਵੀਡੀਓ ਨੂੰ ਵੀ ਦੇਖ ਪਾਈਏ ਸੋ ਉਹ ਇੱਕ ਸੁਜੈਸਟਿਡ ਵੀਡੀਓ ਦੀ ਲਿਸਟ ਵਿੱਚ ਉਹ ਵੀਡੀਓ ਆ ਰਿਹਾ ਹੋਏਗਾ ਸੋ ਡੇਰੇ ਦੇ ਉਹ ਮੋਸਟ ਵਾਂਟਿਡ ਲੋਕ ਜਿਸ ਵਿੱਚ ਕੀ ਪ੍ਰਦੀਪ ਕਲੇਰ ਹਰਸ਼ ਤੂਰੀ ਗगन ਬਰੇਟਾ ਰਕੇਸ਼ ਡੜਵਾ ਇਹ ਚਾਰ ਐਸੇ ਅਹਿਮ ਲੋਕ ਸਨ ਜੋ ਕਿ ਮੌੜ ਬੰਬਲਾਸ ਤੋਂ ਲੈ ਕੇ ਇਸ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਵੀ ਇਹਨਾਂ ਕੋਲ ਕਾਫੀ ਹੱਦ ਤੱਕ ਉਸ ਸੰਚਾਲਨ ਕਰਨ ਦੀ ਕਮਾਂਡ ਸੀ ਇਸ ਇਲਾਕੇ ਦੀ ਕਾਫੀ ਹੱਦ ਤੱਕ ਜਿਹੜੀ ਗਲਬਾਤ ਥੱਲੇ ਦੇ ਲੈਵਲ ਦੇ ਆਪਰੇਟਿਵਜ਼ ਯਾਨੀ ਕਿ ਮਹਿੰਦਰਪਾਲ ਬਿੱਟੂ ਜਾਂ ਉਸ ਤੋਂ ਥੱਲੇ ਜਿਹੜੇ ਡੇਰਾ ਦੀ ਇੱਕ ਇਕ ਫਾਲੋਇੰਗ ਸੀ オーਰਨਲ ਜਿਹੜੀ ਕਮਾਂਡ ਦਾ ਜਿਹੜਾ ਵਿਵਹਾਰ ਹੁੰਦਾ ਸੀ ਆਪਸ ਦੇ ਵਿੱਚ ਆਦਾਨ-ਪ੍ਰਦਾਨ ਹੁੰਦਾ ਸੀ ਉਹ ਇਹਨਾਂ ਲੋਕਾਂ ਦੇ ਥਰੂ ਹੁੰਦਾ ਸੀ ਅੱਜ ਡੇਰੇ ਦੇ ਇੱਕ ਸੈਕਟ ਵੱਲੋਂ ਜਾਂ ਡੇਰੇ ਦੇ ਇੱਕ ਗੁੱਟ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕੁਝ ਹਫ਼ਤੇ ਪਹਿਲਾਂ ਤੇ ਉਹ ਲੋਕਾਂ ਦੀਆਂ ਤਸਵੀਰਾਂ ਤੇ ਦੱਸਿਆ ਗਿਆ ਵੀ ਉਹ ਕੈਥਲ ਦੇ ਵਿੱਚ ਕੋਈ ਪਾਰਟੀਆਂ ਦੇ ਵਿੱਚ ਨੱਚ ਰਿਹਾ ਤੇ ਕੋਈ ਕੁਝ ਕਰ ਰਿਹਾ ਉਹਨਾਂ ਨੂੰ ਗ੍ਰਿਫਤਾਰ ਕਰੇ ਜਾਂਦੀਆਂ ਕੋਸ਼ਿਸ਼ਾਂ ਨਹੀਂ ਹੋਈਆਂ ਨੇ ਮੌੜ ਬਲਾਸਟ ਦੇ ਵਿੱਚ ਵੀ ਨਹੀਂ ਤੇ ਇਸ ਮਾਮਲੇ ਦੇ ਵਿੱਚ ਵੀ ਨਹੀਂ ਸੋ ਇਹ ਜਿਹੜੇ 4 ਤਿੰਨੀਆਂ 4 ਹੋਰ ਅਕਿਊਜ਼ ਨੇ ਡੇਰਾਜ਼ ਮੋਸਟ ਵਾਂਟਡ ਨੇ ਇਹਨਾਂ ਦੀ ਕੀ ਭੂਮਿਕਾ ਸੀ ਤੇ ਕੀ ਇਸ ਤੋਂ ਉੱਤੇ ਵੀ ਇਹ ਤਾਰ ਜੁੜਦੇ ਸਨ ਇਹ ਸਾਰੀ ਜਿਹੜੀ ਕੜੀ ਸੀ ਇਹ ਮਹਿੰਦਰਪਾਲ ਸਿੰਘ ਬਿੱਟੂ ਦੇ ਹੱਥ ਵਿੱਚ ਹੀ ਜੇ ਉਹ ਵਾਕਈ ਇਸ ਮਾਮਲੇ ਦੇ ਵਿੱਚ ਉਸ ਲੈਵਲ ਤੇ ਉੱਤੇ ਉਸ ਦੀ ਸ਼ਮੂਲੀਅਤ ਸੀ ਕਿਉਂਕਿ ਇਸ ਮਾਮਲੇ ਦੇ ਵਿੱਚ ਅਜੇ ਵੀ ਟ੍ਰਾਇਲ ਚੱਲਦਾ ਪਿਆ ਸੋ ਅਜੇ ਇਹ ਕਹਿ ਦੇਣਾ ਵੀ ਮਹਿੰਦਰਪਾਲ ਸਿੰਘ ਦੋਸ਼ੀ ਸੀ ਤੇ ਉਸ ਹੀ ਨੇ ਕੁਝ ਕਰਵਾਇਆ ਕਿਉਂਕਿ ਅਸੀਂ ਇਸ ਚੀਜ਼ ਨੂੰ ਵੀ ਸਾਨੂੰ ਇੱਕ ਪਿੰਚ ਆਫ ਸਾਲਟ ਦੇ ਨਾਲ ਲੈਣਾ ਪੈਣਾ ਹੈ ਵੀ ਪੰਜਾਬ ਪੁਲਿਸ ਜਾਂ ਉਸ ਦੀ ਸਿਟਾਂ ਦੀ ਜਿਹੜੀ ਤਫ਼ਤੀਸ਼ ਹੈ ਉਸ ਦੇ ਉੱਤੇ ਅਸੀਂ ਕਿੰਨੀ ਕੁ ਕ੍ਰੈਡੀਬਿਲਿਟੀ ਡਰਾ ਕਰੀਏ ਸੋ ਇੱਕ ਆਦਮੀ ਦੀ ਕੰਫੈਸ਼ਨਲ ਸਟੇਟਮੈਂਟ ਦੇ ਉੱਤੇ ਕਿ ਆਪਾਂ ਇਹਨਾਂ ਰਿਲਾਈ ਕਰ ਸਕਦੇ ਹਾਂ ਸੋ ਇਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਇਹ ਤਾਂ ਫੈਕਟ ਸੀ ਚਾਹੇ ਮਹਿੰਦਰਪਾਲ ਬਿੱਟੂ ਦੋਸ਼ੀ ਸੀ ਜਾਂ ਲੇਕਿਨ ਉਹ ਇਸ ਮਾਮਲੇ ਦੀ ਸਭ ਤੋਂ ਅਹਿਮ ਕੜੀ ਸੀ ਇਸ ਮਾਮਲੇ ਦੇ ਵਿੱਚ ਜੇ ਉਤਲੇ ਹੋਰ ਦੇ ਸਰਗਨਾਵਾ ਤੱਕ ਪਹੁੰਚਣਾ ਸੀ ਤਾਂ ਉਸ ਦਾ ਵੀ ਰਸਤਾ ਉਹੀ ਸੀ ਤੇ ਜੇ ਫਿਰ ਉਹਨਾਂ ਤੱਕ ਨਹੀਂ ਪਹੁੰਚ ਸਕਣਾ ਸੀ ਤਾਂ ਉੱਥੇ ਤੱਕ ਹੀ ਟ੍ਰੇਲ ਖਤਮ ਹੁੰਦੀ ਸੀ ਲੇਕਿਨ ਕੀ ਤੇ ਕਿਉਂ ਐਸੀ ਨੌਬਤ ਆਈ ਕਿ ਗੈਂਗਸਟਰਾਂ ਨੂੰ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਨੂੰ ਮਾਰਨਾ ਪਿਆ ਇੱਕ ਆਇਰਨ ਰੌਡ ਦੇ ਨਾਲ ਉਸ ਨੂੰ ਮਾਰਤਾ ਗਿਆ ਸੀ ਉਸ ਦੀ ਹੱਤਿਆ ਕਰਤੀ ਗਈ ਸੀ ਉਸ ਵਕਤ ਆਪਣੇ ਬਾਰਕ ਦੇ ਵਿੱਚ ਘੁੰਮਦਾ ਪਿਆ ਸੀਗਾ ਜਦੋਂ ਕਿ ਕਾਮਨ ਏਰੀਆ ਦੇ ਵਿੱਚ ਉਸ ਨੂੰ ਫੜਿਆ ਗਿਆ ਆ ਗੁਰਸੇਵਕ ਤੇ ਮਨਿੰਦਰ ਵੱਲੋਂ ਉਹਦੇ ਸਿਰ ਦੇ ਉੱਤੇ ਆਰੰਡੀਆਂ ਰੌਡਸ ਮਾਰੀਆਂ ਗਈਆਂ ਲੋਹੇ ਦੀਆਂ ਇਹਨਾਂ ਰੌਡਸ ਦੇ ਨਾਲ ਉਹਨਾਂ ਨੂੰ ਮਾਰ ਮਾਰ ਕੇ ਉੱਥੇ ਹੀ ਮਾਰਤਾ ਗਿਆ ਤੇ ਇਹ ਬਹੁਤ ਵੱਡਾ ਘਟਨਾਕ੍ਰਮ ਸੀ ਇਸ ਦੀ ਜਿਹੜੀ ਜਾਂਚ ਰਿਪੋਰਟ ਹੈ ਇੱਕ ਪੂਰੀ ਘਟਨਾ ਵਾਪਰੀ ਕਿਵੇਂ ਇਸ ਘਟਨਾ ਤੋਂ ਪਹਿਲਾਂ ਤੇ ਕੁਝ ਮਹੀਨੇ ਜਦੋਂ ਕਿ ਇਹਨਾਂ ਲੋਕਾਂ ਨੂੰ ਜੇਲ੍ਹਾਂ ਚੋਂ ਅਲੱਗ-ਅਲੱਗ ਇਹਨਾਂ ਦੀਆਂ ਜੇਲ੍ਹਾਂ ਕੀਤੀਆਂ ਗਈਆਂ ਸੀ ਤੇ ਬਾਅਦ ਦੇ ਵਿੱਚ ਕੀ ਕਾਰਨ ਸੀ ਇਹਨਾਂ ਨੂੰ ਜੇਲ੍ਹ ਦੇ ਵਿੱਚ ਦੁਬਾਰਾ ਲਿਆ ਕੇ ਇਕੱਠਾ ਕਰਤਾ ਗਿਆ ਇਹ ਸਾਰੀਆਂ ਚੀਜ਼ਾਂ ਉਸ ਐਸਆਈਟੀ ਦੇ ਜਾਂਚ ਦਾ ਵਿਸ਼ਾ ਸੀ ਤਾਂ ਜੋ ਐਸਆਈਟੀ ਰਿਪੋਰਟ ਦਾ ਹਜੇ ਕੋਈ ਛਾਤਾ ਪਤਾ ਨਹੀਂ ਤੇ ਜੋ ਪਹੁੰਚੀ ਵੀ ਹੈ ਤਾਂ ਉਹ ਉਹਨੂੰ ਵੀ ਇਸ ਤਰੀਕੇ ਨਾਲ ਲੁਕੋ ਛੁਪੋ ਕੇ ਸਰਕਾਰ ਨੂੰ ਸਬਮਿਟ ਕੀਤਾ ਜਾਂਦਾ ਹੈ ਤੇ ਉਹਨੂੰ ਰੱਖ ਲਿਆ ਜਾਂਦਾ ਹੈ ਜੇਲਾਂ ਦੇ ਵਿੱਚ ਕਤਲ ਹੋ ਰਹੇ ਨੇ ਮਰਡਰ ਹੋ ਰਹੇ ਨੇ ਅਸੀਂ ਲੋਕਾਂ ਨੂੰ ਮਾਰਦਿਆਂ ਹੋਇਆ ਦੇਖ ਰਹੇ ਹਾਂ ਚਾਹੇ ਕੋਈ ਨਸ਼ੇ ਦੀ ਖੇਪ ਦੇ ਨਾਲ ਫੜਿਆ ਗਿਆ ਹੋਵੇ ਸਮਗਲਰ ਹੋਵੇ ਉਹਨੂੰ ਕੁੱਟ-ਕੁੱਟ ਕੇ ਇੱਕ ਜੇਲ੍ਹ ਦੇ ਵਿੱਚ ਮਾਰਤਾ ਜਾਂਦਾ ਹੈ ਕਈ ਸੌ ਕਿਲੋ ਦੀ ਜਿਹੜੀ ਹੈਰੋਇਨ ਦੇ ਨਾਲ ਉਹ ਫੜਿਆ ਗਿਆ ਸੀਗਾ ਇੱਥੇ ਮਹਿੰਦਰਪਾਲ ਬਿੱਟੂ ਪੰਜਾਬ ਦਾ ਸਭ ਤੋਂ ਵੱਡਾ ਬੇਦਬੀ ਦਾ ਕਾਂਡ ਉਹਦਾ ਮੇਨ ਅਕਿਊਜ਼ਡ ਸ਼ਰਿਆਮ ਜੇਲ੍ਹ ਦੇ ਵਿੱਚ ਕੁੱਟ ਕੇ ਮਾਰਤਾ ਗਿਆ ਤੇ ਉਸਦੀ ਜਵਾਬਦੇਹੀ ਪਾਈ ਗਈ 4-5 ਨੌਜਵਾਨਾਂ ਦੇ ਉੱਤੇ ਉਹਨਾਂ ਦੇ ਵਿੱਚ ਜ਼ਿੰਮੇਵਾਰੀ ਇੱਕ ਗੈਂਗਸਟਰ ਲੈ ਰਿਹਾ ਉਹ ਗੈਂਗਸਟਰ ਅੱਜ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਪੰਜਾਬ ਪੁਲਿਸ ਦੀ ਪੰਜ ਮੈਂਬਰਾਂ ਦੀ ਜਿਹੜੀ ਸਿਟ ਹੈ ਉਸਨੇ ਕੀ ਕੀਤਾ ਕੀ ਰਿਪੋਰਟ ਕੀਤੀ ਤੱਤ ਕਿੱਡੇ ਕੱਢੇ ਇਹ ਚੀਜ਼ਾਂ ਪਬਲਿਕ ਡੋਮੇਨ ਦਾ ਹਿੱਸਾ ਕਿਉਂ ਨਹੀਂ ਨੇ ਸੋ ਇਹ ਬਹੁਤ ਸੇ ਅਹਿਮ ਸਵਾਲ ਨੇ ਜਿਨ੍ਹਾਂ ਉਤੇ ਸਰਕਾਰਾਂ ਨੂੰ ਖੁਦ ਚਾਹੀਦਾ ਵੀ ਇਹ ਸਾਰੀਆਂ ਚੀਜ਼ਾਂ ਖੁਦ ਨਸ਼ਰ ਕਰਨ ਸਾਡੇ ਵਰਗੇ ਪੱਤਰਕਾਰਾਂ ਨੂੰ ਜਾਂ ਉਹ ਲੋਕਾਂ ਨੂੰ ਇਹ ਸਵਾਲ ਪੁੱਛਣ ਦੀ ਲੋੜ ਨਹੀਂ ਹੋਣੀ ਚਾਹੀਦੀ ਵੈਸੇ ਸਵਾਲ ਕੋਈ ਪੁੱਛ ਵੀ ਨਹੀਂ ਰਿਹਾ ਲੋਕਾਂ ਦੇ ਜ਼ਿਹਨ ਦੇ ਵਿੱਚ ਬੇਦਬੀ ਤੇ ਜਿਨ੍ਹਾਂ ਨੂੰ ਗੋਲੀ ਕਾਂਡ ਦੇ ਲੋਕਾਂ ਨੂੰ ਜਾਂ ਬਹੁਤ ਸੇ ਸਾਡੇ ਪੱਤਰਕਾਰ ਵੀਰ ਵੀ ਹੈਗੇ ਨੇ ਜਿਨ੍ਹਾਂ ਨੂੰ ਇਹ ਬਹੁਤ ਨਾਜ਼ੁਕ ਜਿਹੜੇ ਭੇਦ ਹੈ ਜਦ ਉਹਨਾਂ ਦਾ ਨਹੀਂ ਪਤਾ ਤਾਂ ਉਹਨਾਂ ਨੇ ਇਹ ਰਿਪੋਰਟਾਂ ਕਿੱਥੋਂ ਮੰਗਣੀਆਂ ਕਿੱਥੋਂ ਪੁੱਛਣਾ ਕਿ ਮਹਿੰਦਰਪਾਲ ਬਿੱਟੂ ਦੀ ਮੌਤ ਦੇ ਪਿੱਛੇ ਦੀ ਅਸਲ ਸਾਜ਼ਿਸ਼ ਗੁੱਤੀ ਕੀ ਸੀ ਕਿ ਅਰਮੇਨੀਆ ਦੇ ਵਿੱਚ ਹੈ ਉਸ ਤੋਂ ਪਹਿਲਾਂ ਬੈਂਕਾਕ ਪਾਰੀ ਲੈ ਕੇ ਜਾਂ ਕੰਟਰੈਕਟ ਲੈ ਕੇ ਕਿਲਿੰਗ ਕਰਾਤੀ ਭਾਵਨਾਤਮਕ ਹੋ ਕੇ ਗੈਂਗਸਟਰ ਨੇ ਗੁਰੂ ਸਾਹਿਬ ਦੀ ਬੇਦਬੀ ਨੂੰ ਲੈ ਕੇ ਇੱਕ ਬਦਲਾ ਜੇਲ੍ਹ ਦੇ ਵਿੱਚ ਇੱਕ ਬੰਦੇ ਨੂੰ ਮਾਰ ਕੇ ਲੈ ਲਿਆ ਕਿ ਇਹ ਸੰਭਵ ਹੈ ਤੇ ਜੇ ਗੈਂਗਸਟਰਾਂ ਦੇ ਥਰੂ ਹੀ ਇਹ ਸਾਰਾ ਕੰਮ ਕਰਵਾਇਆ ਗਿਆ ਤਾਂ ਇਸ ਦੇ ਪਿੱਛੇ ਅਸੀਂ ਕਿਉਂ ਨਾ ਮੰਨੀਏ ਕਿ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਹੈ ਤੇ ਗੈਂਗਸਟਰਾਂ ਨੂੰ ਸੁਪਾਰੀ ਤਾਂ ਕੋਈ ਵੀ ਦੇ ਸਕਦਾ ਉਹਦੇ ਵਿੱਚ ਬਹੁਤ ਵੱਡੇ ਸਿਆਸਤਦਾਨ ਜਿਨ੍ਹਾਂ ਦੇ ਨਾਂ ਆ ਰਹੇ ਹੁੰਦੇ ਨੇ ਜਾਂ ਫਿਰ ਬਹੁਤ ਵੱਡਾ ਡੇਰਾ ਜਿਹਦਾ ਨਾਂ ਆ ਰਿਹਾ ਹੁੰਦਾ ਸੋ ਉਹਨਾਂ ਲਈ ਕੀ ਔਖਾ ਕੰਮ ਹੈ ਜੇਲ੍ਹਾਂ ਦੇ ਵਿੱਚ ਇਸ ਤਰੀਕੇ ਦੀ ਕੰਟਰੈਕਟ ਕਿਲਿੰਗਸ ਨੂੰ ਅੰਜਾਮ ਦੇਵਾਉਣਾ ਫਿਰ ਉਹ ਭਾਵੇਂ ਆਪਣਾ ਹੀ ਸਮਰਥਕ ਉਸ ਡੇਰੇ ਦਾ ਕਿਉਂ ਨਾ ਹੋਵੇ ਸੋ ਕਈ ਸਵਾਲ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਕਿਸ ਨੇ ਹੱਤਿਆ ਕਰਵਾਈ ਕੋਈ ਪੋਲੀਟੀਕਲ ਸਾਜ਼ਿਸ਼ ਹੈ ਦੇ ਪਿੱਛੇ ਜਾਂ ਕੋਈ ਹੋਰ ਇਨਵੋ ਦੇਰੇ ਸੱਚੇ ਸੌਦੇ ਦੇ ਇਸ ਜਿਹੜੇ ਮੇਨ ਅਕਿਊਜ਼ਡ ਮਲਜ਼ਮ ਮਹਿੰਦਰਪਾਲ ਬਿੱਟੂ ਦੀ ਮੌਤ ਤੋਂ ਬਾਅਦ ਫਾਇਦਾ ਇਸ ਤਾਕਿਸਨੂੰ ਹੋਣਾ ਸੀਗਾ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੂੰ ਤਾਂ ਇਸ ਦਾ ਫਾਇਦਾ ਨਹੀਂ ਹੋਣਾ ਸੀਗਾ ਫੋਰ ਸ਼ੋਰ ਤੇ ਕਿਸੇ ਨਾ ਕਿਸੇ ਨੂੰ ਤਾਂ ਇਸ ਦਾ ਫਾਇਦਾ ਹੋਣਾ ਸੀ ਤੇ ਫਿਰ ਜੇ ਸਭ ਗੱਲਾਂ ਇੰਨੀਆਂ ਕਲੀਅਰਲੀ ਪਬਲਿਕ ਡੋਮੇਨ ਦੇ ਵਿੱਚ ਹੋਣੀਆਂ ਚਾਹੀਦੀਆਂ ਤਾਂ ਫਿਰ ਉਹ ਸਿੱਟਾਂ ਦੀਆਂ ਰਿਪੋਰਟਾਂ ਨੂੰ ਹਜੇ ਤੱਕ ਲੁਕੋ ਕੇ ਛੁਪੋ ਕੇ ਕਿਉਂ ਰੱਖਿਆ ਗਿਆ ਤੇ ਇਸ ਘਟਨਾਕਰਮ ਦੇ ਬੀਤਣ ਦੇ ਕਈ ਸਾਲ ਬਾਅਦ ਵੀ ਪੰਜਾਬ ਦੇ ਜੇਲ੍ਹ ਮੰਤਰੀ ਜਿਨ੍ਹਾਂ ਦੀ ਜੇਲ੍ਹਾਂ ਦੇ ਵਿੱਚ ਐਡਾ ਵੱਡਾ ਕਾਂਡ ਹੋ ਜਾਂਦਾ ਹੈ ਉਹਨਾਂ ਨੂੰ ਮੇਰੇ ਸਵਾਲ ਦੇ ਉੱਤੇ ਇਹ ਕਹਿਣ ਦੀ ਲੋੜ ਕਿਉਂ ਪਈ ਵੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੈ ਤਾਂ ਰਿਪੋਰਟ ਡਾਇਰੈਕਟਲੀ ਉਤਲੇ ਲੈਵਲ ਤੇ ਮੁੱਖ ਮੰਤਰੀ ਵੱਲੋਂ ਡੀਲ ਕੀਤੀ ਗਈ ਹੈ ਸੋ ਬਹੁਤ ਵੱਡੀਆਂ ਗੱਲਾਂ ਨੇ ਇਹ ਸਾਰੀਆਂ ਜਿਹੜੇ ਛੋਟੇ ਮਾਮਲੇ ਨਹੀਂ ਹੈਗੇ ਨੇ ਠੀਕ ਹੈ ਇਹ ਹੋ ਸਕਦਾ ਨੌਜਵਾਨਾਂ ਨੇ ਜਿਵੇਂ ਮੈਂ ਅਜੀਤ ਸਿੰਘ ਪੂਲੇ ਦੇ ਕੇਸ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਨੌਜਵਾਨਾਂ ਨੇ ਭਾਵਨਾਵਾਂ ਵਿੱਚ ਬਹਿ ਕੇ ਵੀ ਕੁਝ ਜਿਹਾ ਕਰਤਾ ਹੋਵੇ ਤੇ ਉਹ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਲੇਕਿਨ ਆ ਜਿਹੜਾ ਗੈਂਗਸਟਰ ਦਾ ਨਵਾਂ ਐਂਗਲ ਆ ਜਾਂਦਾ ਫਿਰ ਤੁਸੀਂ ਐਸਆਈਟੀ ਦੀ ਰਿਪੋਰਟ ਸਾਂਝੀ ਨਹੀਂ ਕਰਦੇ ਹੋ ਕਾਫੀ ਸਵਾਲ ਤੇ ਕਾਫੀ ਜਿਹੜੇ ਸੰਕੇ ਹੈਗੇ ਨੇ ਉਹ ਮੇਰੇ ਮਨ ਦੇ ਵਿੱਚ ਆਂਦੇ ਨੇ ਆਈ ਡੋਨਟ ਨੋ ਵੀ ਇਫ ਗੱਲਬਾਤ ਇਹ ਰਿਪੋਰਟ ਨੂੰ ਸੁਣ ਕੇ ਤੁਸੀਂ ਵੀ ਮਹਿਸੂਸ ਕਰਦੇ ਹੋਗੇ ਲੇਕਿਨ ਇਹ ਚੀਜ਼ ਫੈਕਟ ਹੈ ਵੀ ਸਰਕਾਰ ਇਸ ਮੁੱਦੇ ਉੱਤੇ ਸਪੱਸ਼ਟ ਨਹੀਂ ਹੈ ਸਰਕਾਰਾਂ ਦੇ ਮੰਤਰੀ ਇਸ ਉੱਤੇ ਪੰਬਲ ਪੂਸੇ ਚ ਨੇ ਜਾਂ ਤਾਂ ਰਿਪੋਰਟਾਂ ਨੂੰ ਜਾਣਬੁੱਝ ਕੇ ਲੁਕੋਇਆ ਗਿਆ ਹੈ ਛੁਪੋਇਆ ਗਿਆ ਹੈ ਕਿਉਂਕਿ ਐਡੇ ਵੱਡੇ ਲੈਵਲ ਦਾ ਇੱਕ ਹਾਈ ਪੈਨਲ ਐਸਆਈਟੀਸੀ ਉਹਦੇ ਵਿੱਚ ਏਡੀਜੀਪੀ ਤੋਂ ਲੈ ਕੇ ਜਿਵੇਂ ਮੈਂ ਦੱਸਿਆ ਐਸਐਸਪੀ ਲੈਵਲ ਤੱਕ ਦੇ ਹਰ ਲੈਵਲ ਦਾ ਅਧਿਕਾਰੀ ਜਿਹੜਾ ਪੰਜਾਬ ਪੁਲਿਸ ਦੇ ਟੌਪ ਬਰਾਸ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਅਦਾ ਸੋਚ ਸਕਦੇ ਹੋ ਚੰਗੇ ਅਫਸਰ ਵੀ ਸਨ ਸੋ ਇਹ ਨਹੀਂ ਆਪਾਂ ਮੰਨ ਸਕਦੇ ਵੀ ਉਹ ਰਿਪੋਰਟ ਦੇ ਵਿੱਚ ਕੁਝ ਨਾ ਹੋਵੇ ਤੇ ਜਿਹੜੇ ਉਹ ਇੰਟੈਲੀਜੈਂਸ ਦੀਆਂ ਇਨਪੁੱਟਸ ਜਾਂ ਮਹਿੰਦਰਪਾਲ ਬਿੱਟੂ ਨੂੰ ਮਾਰੇ ਜਾਣ ਦੀ ਜਿਹੜੀ ਪਹਿਲਾਂ ਸਾਜ਼ਿਸ਼ਾਂ ਦੀ ਤੇ ਫਿਰ ਕੀ ਬਹੁਤ ਸੌਖੇ ਤਰੀਕੇ ਨਾਲ ਜੇਲ੍ਹ ਦੇ ਵਿੱਚ ਇੱਕ ਐਸੇ ਕੇਸ ਨੂੰ ਖਤਮ ਕਰਤਾ ਗਿਆ ਜੋ ਕਿ ਮੇਨ ਕੜੀ ਸੀ ਇੱਕ ਮੇਨ ਚਾਬੀ ਸੀ ਇਸ ਪੂਰੇ ਰਾਜ਼ ਦੇ ਖੁੱਲਣ ਦੀ ਇਹ ਤੁਸੀਂ ਹੁਣ ਖੁਦ ਅੰਦਾਜ਼ੇ ਲਗਾਓ ਤੇ ਸੋਚੋ ਲੇਕਿਨ ਮਹਿੰਦਰਪਾਲ ਸਿੰਘ ਬਿੱਟੂ ਇੱਕ ਬਹੁਤ ਅਹਿਮ ਸੂਤਰ ਸੀ ਕੜੀ ਸੀ ਤੇ ਜੇ ਉਹ ਵਾਕਈ ਇਸ ਮਾਮਲੇ ਦੇ ਵਿੱਚ ਉਸ ਤਰੀਕੇ ਨਾਲ ਜਿਵੇਂ ਕਿ ਪੰਜਾਬ ਦੀ ਸਿੱਟ ਨੇ ਉਸ ਨੂੰ ਇੰਪਲੀਕੇਟ ਕੀਤਾ ਜਾਂ ਉਸ ਉੱਤੇ ਇਲਜ਼ਾਮ ਜਾਂ ਦੋਸ਼ ਲਾਇਆ ਜੇ ਵਾਕਈ ਉਸ ਤਰੀਕੇ ਨਾਲ ਇਨਵੋਲ ਸੀ ਤਾਂ ਉਸ ਦੀ ਮੌਤ ਤੋਂ ਬਾਅਦ ਇੱਕ ਬਹੁਤ ਵੱਡਾ ਚੈਪਟਰ ਤੇ ਠੀਕ ਉਸੇ ਤਰੀਕੇ ਨਾਲ ਉਸ ਕਿਤਾਬ ਨੂੰ ਬੰਦ ਕਰਤਾ ਗਿਆ ਅਜਿਤੇ ਕਈ ਪੰਨੇ ਤੇ ਵਰਕੇ ਜੇ ਫਰੋਲੇ ਜਾਂਦੇ ਤਾਂ ਬਹੁਤ ਸੇ ਹੋਰ ਜਿਹੜੇ ਸਕੈਲਟਨਸ ਊਡ ਹੇਵ ਟੰਬਲਡ ਆਊਟ ਆਫ ਦਾ ਕਵਰਡਸ ਐਸ ਵੀ ਸੇ ਇਨ ਅੰਗਰੇਜ਼ੀ ਦੇ ਵਿੱਚ ਆਪਾਂ ਕਹਿੰਦੇ ਬਹੁਤ ਸੀ ਐਸੀਆਂ ਐਸੇ ਤੱਥ ਉਜਾਗਰ ਹੋਣੇ ਸੀ ਜਗ ظاہر ਹੋਣੇ ਸੀ ਜੋ ਕਿ ਬਹੁਤਿਆਂ ਨੂੰ ਸੂਟ ਨਹੀਂ ਸੰ ਕਰਨੇ ਈਵਨ ਆ ਰਿਪੋਰਟ ਜਿਹੜੀ ਮੈਂ ਦੇ ਰਿਹਾ ਤਾਂ ਜਿਹੜਾ ਸਵਾਲ ਖੜਾ ਕਰ ਰਹੇ ਵੀ ਜਿਹੜੀ ਜੇਲ ਦੀ ਜਿਹੜੀ 5 ਮੈਂਬਰ ਜਿਹੜੀ ਸਿਟ ਸੀ ਉਹਦੀ ਰਿਪੋਰਟ ਕਿੱਥੇ ਹੈ ਉਹ ਘਟਨਾ ਕ੍ਰਮ ਕੀ ਹੈ ਸੁਖਪ੍ਰਿਤ ਬੁੱਡੇ ਦੋ ਕੀ ਖੁਲਾਸੇ ਹੋਏ ਉਹਨਾਂ ਦੀ ਤਫਸੀਲ ਨੂੰ ਹਲੇ ਤੱਕ ਜੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸਾਂ ਜਾਂ ਨਹੀਂ ਕਰ ਪਾਈ ਤਾਂ ਫਿਰ ਆਪਾਂ ਕੀ ਅਨੁਮਾਨ ਕਰ ਸਕਦੇ ਹਾਂ ਸਰਕਾਰਾਂ ਨੇ ਕੀ ਬੇਅਦਬੀਆਂ ਦੇ ਵਿੱਚ ਇਨਸਾਫ ਦੇਣਾ ਬੈਰਹਾਲ ਮੇਰਾ ਪੱਕਪਸ ਅਗੇਨ ਮੈਂ ਨਹੀਂ ਚਾਹਦਾ ਵੀ ਮੈਂ ਫਿਰ ਸਰਕਾਰਾਂ ਨੂੰ ਅਨਡਿਊਲੀ ਕ੍ਰਿਟਿਕਾਈਜ਼ ਕਰੀਏ ਲੇਕਿਨ ਉਮੀਦ ਕਰਾਂਗੇ ਇਸ ਵੀਡੀਓ ਤੋਂ ਤੁਹਾਨੂੰ ਕੁਝ ਨਵੀਂ ਡਾਈਮੈਂਸ਼ਨਸ ਇਸ ਕੇਸ ਦੀਆਂ ਮਿਲੀਆਂ ਹੋਣਗੀਆਂ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਹੋਰ ਵੀਡੀਓ ਵਾਂਗ ਵੀ ਤੁਸੀਂ ਦੇਖ ਰਹੇ ਹੋ ਆਪਣਾ ਸਮਾਂ ਇਸ ਉੱਤੇ ਬਿਤਾਇਆ ਹੈ ਬਹੁਤ-ਬਹੁਤ ਧੰਨਵਾਦ ਤੇ ਅਜਿਹਾ ਹੋਰ ਮਾਮਲਿਆਂ ਦੇ ਵਿੱਚ ਰਿਪੋਰਟਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ